मैं मनवीर कौर स्वागत करती हाँ सोशल पोस्ट वेख रही सारी ऑडियंस का। पंजाब दे विच जीरा दे विच एक शराब की फैक्ट्री नू लै के पिछले 4 तो 5 महीनों तो 24 जुलाई 2022 तो लगातार एक प्रदर्शन चलता पाया और वह हुण टकराव वाली स्थिति पर पहुंच चुका है। जिहड़े प्रदर्शनकारी ने उन्हां दा गोल सिर्फ इन्ना है कि वह जिहड़ी फैक्ट्री उत्थे शराब की चलती है उहनू उत्थों बंद करवाना है, क्योंकि प्रदर्शनकारियों का इल्जाम है कि ये उन्होंने वातावरण जोड़ा है खराब हो रहा, उन्होंने मिट्टी खराब हो रही है, पीने योग पानी नहीं है, तो नाल ही होर बीमारियां जड़िया ने वो भी फैल रही ने। इस मसले पर होर जानकारी लैन दे मेरे नाल अज गैसट ने डॉक्टर जीवनजोत कौर। डॉक्टर जीवनजोत कौर इस मसले के नाल शुरू तो जुड़े हुए ने और समाज सेवी ने, पंजाब दे विच बहुत सालों तो अपना योगदान पा रहे ने। मैडम डॉक्टर साहब मैं थोड़ा स्वागत कर दी हाँ जी, तुम अपना समा कढ़िया। महत्वपूर्ण मसला है ते इस लई तुसी ए प्रोग्राम कर रहे हो ते इस नू देश विदेश तक पहुंचाउण विच सानू योगदान दे रहे हो, उस लई बहुत बहुत शुक्रिया। डॉक्टर साहब मैं थोड़े तो होर भी जानकारी इस मसले दे उत्ते लेनी है, पर सब तो पहला एक अहम सवाल जो मैं थोड़े तो पूछना चाहवांगी वो है थोड़ा पॉलिटिकल, कि साडी पंजाब दी सरकार ने जीरा दे विच जदों जुलाई 24 नूं इह धरना शुरू होया सी उदों तो लैके हुण दिसंबर तक, की इह प्रदर्शनकारियां नूं इह धरनाकारियां नूं साडे सीएम पंजाब ने साडी सरकार ने अंडर एसटीमेट कीता सीगा, यहां पंजाब सरकार नूं इदां लग्या कि इह कोई बाला महत्वपूर्ण धरना नहीं हैगा और अज स्थिति इन्नी ज्यादा कॉम्पलैक्स हो चुकी है कि देर आर स्मॉल क्लैशेज भी देखण नूं आपां नूं किते लाठीचार्ज वाले मिल रहे ने। की लगता है कि भगवंत मान जी ने अंडर एसटीमेट कीता सी धरना लाउण वालियां नूं? नहीं, भगवंत मान ने अंडर एस्टिमेट तो नहीं किया, पर भगवंत मान मजबूर है क्योंकि जेड़े दिल्ली तो उन्हों यह हुक्म मिले हुए है कि इन्हां ते दे नाल राजीनामा नहीं करना। इस चीज ਨੂੰ ਆਪਾਂ ਕਿਵੇਂ ਤੱਥਾਂ ਦੇ ਨਾਲ ਕਹਿ ਸਕਦੇ ਹਾਂ ਜੀ, ਥੋੜੇ ਫੈਕਟ ਅਗਰ ਇਸ ਆਪਾਂ ਨੂੰ ਇਸ ਰੱਖੀਏ। ਤਰ੍ਹਾਂ ਕਹਿ ਸਕਦੇ ਹਾਂ ਕਿ ਜਦੋਂ ਇਹ ਮੁੱਖ ਮੰਤਰੀ ਨਹੀਂ ਸੀ ਬਣਿਆ ਭਗਵੰਤ ਮਾਨ, ਤਾਂ ਦੋ ਗੱਲਾਂ ਹੀ ਕਹਿੰਦੇ ਸੀ। ਇੱਕ ਤਾਂ ਇਹ ਕਹਿੰਦੇ ਸੀ ਕਿ ਵਾਤਾਵਰਨ ਬਚਣਾ ਚਾਹੀਦਾ ਪੰਜਾਬ ਦਾ, ਤੇ ਦੂਸਰੀ ਗੱਲ ਇਹ ਕਹਿੰਦੇ ਸੀ ਵੀ ਲੋਕ ਵੱਡੇ ਹੁੰਦੇ ਆ, ਤੇ ਇਹਨਾਂ ਨੇ ਕਿਹਾ ਸੀ ਕਿ ਮੇਰਾ ਹਰਾ ਪੈਨ ਜਿਹੜਾ ਉਹ ਲੋਕਾਂ ਲਈ ਚੱਲੂਗਾ। ਤੇ ਹੁਣ 9/5/2022 ਨੂੰ ਮੈਂ ਜਿਹੜਾ ਕੰਕਰੀਟ ਲਗਾ ਰਹੇ ਹੈ ਫਰੀਦਕੋਟ ਦੀਆਂ ਜੌੜੀਆਂ ਨਹਿਰਾਂ ਦੇ ਵਿੱਚ, ਉਹਦੇ ਬਾਰੇ ਈਮੇਲ ਪਾਈ ਸੀ, ਉਹਦੇ ਤੇ ਕੋਈ ਜਵਾਬ ਨਹੀਂ ਆਇਆ ਇਹਨਾਂ ਦਾ। ਜੀਰੇ ਵਾਲੇ ਮਸਲੇ ਤੇ ਜਿਹੜੇ ਅਸੀਂ ਇਹਨਾਂ ਨੂੰ ਲਿਖ ਕੇ ਭੇਜਿਆ, ਉਹਦੇ ਤੇ ਕੋਈ ਜਵਾਬ ਨਹੀਂ ਆਇਆ। ਤਾਂ ਉਹਦੇ ਵਿੱਚ ਜਿਹੜਾ ਇਹ ਹੁਣ ਇਹਨਾਂ ਨੇ ਮਤਲਬ ਕਲੈਸ਼ ਆਇਆ, ਉਹ ਕਲੈਸ਼ ਵੀ ਇੱਕ ਮਤਲਬ ਐਗਜੈਕਟ ਕਲੈਸ਼ ਨਹੀਂ, ਉਵੇਂ ਨਹੀਂ ਹੈਗਾ ਇਹ। ਮਤਲਬ ਤੁਸੀਂ ਇਹਨੂੰ ਧਿਆਨ ਨਾਲ ਸਮਝਿਆ ਜੇ ਵੀ ਕਿਵੇਂ ਗੱਲ ਹੈ। ਜਿਹੜਾ ਧਰਨਾ ਹੈਗਾ ਉਹ ਫੈਕਟਰੀ ਦੇ ਸਾਹਮਣੇ ਲੱਗਿਆ ਗਿਆ, ਤੇ ਫੈਕਟਰੀ ਜਿਹੜੀ ਹਾਈਵੇ ਹੈ, ਹਾਈਵੇ ਤੋਂ 2.5 ਕਿਲੋਮੀਟਰ ਦੂਰ ਹੈ। ਤਾਂ ਹਾਈਵੇ ਤੋਂ ਫੈਕਟਰੀ ਨੂੰ ਜਿਹੜੀ ਸੜਕ ਜਾਂਦੀ ਹੈ ਉਹਦੇ ਮੋੜ ਦੇ ਉੱਤੇ ਲੰਗਰ ਲੱਗਿਆ ਹੋਇਆ ਇੱਕ ਕੋਨੇ ਵਿੱਚ, ਤੇ ਕਲੈਸ਼ ਪੁਲਿਸ ਨੇ ਉਸ ਲੰਗਰ ਵਾਲੀ ਜਗ੍ਹਾ ਤੇ ਕੀਤਾ ਹੈ। ਇਹ ਤੇ ਉਹਨਾਂ ਨੇ ਬਹਾਨਾ ਇਹ ਲਾਇਆ ਹੈ ਕਿ ਅਸੀਂ ਕੋਰਟ ਦੇ ਆਰਡਰ ਮੰਨ ਰਹੇ ਹਾਂ, ਤਾਂ ਕੋਰਟ ਦੇ ਤੇ ਆਰਡਰ ਹੀ ਨਹੀਂ ਕਿ ਤੁਸੀਂ 2.5 ਕਿਲੋਮੀਟਰ ਦੂਰ ਜੇ ਕੋਈ ਲੋਕ ਬੈਠੇ ਆ ਤਾਂ ਉਹਨਾਂ ਨੂੰ ਪਹੁੰਚਾ ਦਿਓ। ਉਹਨਾਂ ਦਾ ਤਾਂ ਇਹ ਹੈ ਕਿ ਫੈਕਟਰੀ ਤੋਂ 300 ਮੀਟਰ ਦੂਰ ਧਰਨਾਕਾਰੀ ਬੈਠਣ, ਪਰ ਜਿੱਥੇ ਧਰਨਾਕਾਰੀ ਬੈਠੇ ਹੈ ਉੱਥੋਂ ਉਹ ਪਾਸੇ ਹਟਣ ਨੂੰ ਤਿਆਰ ਨਹੀਂ, ਕਿਉਂਕਿ ਜੇ ਉਹ ਉੱਥੋਂ ਹਟ ਜਾਂਦੇ ਹੈ ਤਾਂ ਫੈਕਟਰੀ ਦੁਬਾਰਾ ਚਾਲੂ ਹੋ ਜੂਗੀ। ਫੈਕਟਰੀ ਅਸੀਂ ਚਾਲੂ ਨਹੀਂ ਹੋਣ ਦੇਣੀ, ਕਿਉਂ? ਕਿਉਂਕਿ ਉਹ ਫਿਰ ਪੋਲਿਊਸ਼ਨ ਹੋਰ ਵਧੂਗਾ। ਤਾਂ ਉਹਨਾਂ ਦੀ ਮੰਗ ਹੀ ਇਹ ਹੈ, ਧਰਨਾਕਾਰੀਆਂ ਦੀ ਇੱਕੋ ਇੱਕ ਮੰਗ, ਇਹ ਨਾਰਾ ਵੀ ਹੈ ਵੀ ਸਾਡੀ ਇੱਕੋ ਇੱਕ ਮੰਗ, ਇਹ ਫੈਕਟਰੀ ਬੰਦ। ਇਥੇਨੋਲ ਬਣਾਉਣ ਵਾਲੀ ਫੈਕਟਰੀ ਹੈ ਜਿਹੜਾ ਕਿ ਜਵਲਨਸ਼ੀਲ ਹੈ, ਤੇ ਇਹ ਉਹਦੇ ਵਿੱਚ ਜਿੱਥੇ ਵਸੋਂ ਹੋਵੇ, ਪਸ਼ੂ ਹੋਣ, ਖੇਤ ਹੋਣ, ਉੱਥੇ ਨਹੀਂ ਲੱਗ ਸਕਦੀ। ਤਾਂ ਇਹਨਾਂ ਨੇ ਅੱਜ 20 ਤਰੀਕ ਨੂੰ ਕੋਰਟ ਦੇ ਵਿੱਚ ਪੇਸ਼ੀ ਸੀ, ਤੇ ਇਹਨਾਂ ਨੇ ਕੋਰਟ ਨੂੰ ਜਵਾਬ ਦੇਣਾ ਸੀ। ਤਾਂ ਇਹਨਾਂ ਨੇ ਜਿਹੜਾ ਸਾਰਾ ਠੱਕ ਠੱਕਾ ਉੱਥੇ ਕੀਤਾ, ਜਿਹੜਾ ਮੋੜ ਤੇ ਕੀਤਾ, ਉਹਦੇ ਵਿੱਚ ਦੋ ਕਾਰਨ ਹੈ। ਇੱਕ ਤਾਂ ਇਹ ਉੱਥੋਂ ਡਰਾਵਾ ਪਾਉਣਾ ਚਾਹੁੰਦੇ ਆ ਵੀ ਅਸੀਂ ਉੱਥੇ ਵੀ ਕਰ ਦਾਂਗੇ, ਤੇ ਦੂਸਰੀ ਗੱਲ ਇਹ ਹੈਗੀ ਹੈ ਕਿ ਇਹਨਾਂ ਨੇ ਉਹਦੀਆਂ ਫੋਟੋਆਂ ਕੋਰਟ ਵਿੱਚ ਪੇਸ਼ ਕਰਨੀਆਂ ਹੋਣਗੀਆਂ ਵੀ ਲਓ ਜੀ ਅਸੀਂ ਕਾਰਵਾਈ ਕਰਤੀ, ਜਦਕਿ ਧਰਨੇ ਵਾਲੀ ਥਾਂ ਤੇ ਕਾਰਵਾਈ ਨਹੀਂ ਹੋਈ, ਧਰਨੇ ਵਾਲੀ ਥਾਂ ਤੋਂ ਦੂਰ ਕਾਰਵਾਈ ਹੋਈ।
ਔਰ ਇਸ ਕਾਰਵਾਈ ਤੋਂ ਬਾਅਦ ਇਹ ਧਰਨਾ ਜਿਹੜਾ ਹੁਣ ਇੱਕ ਤਰ੍ਹਾਂ ਦੇ ਨਾਲ ਹੋਰ ਪੱਕਾ ਹੁੰਦਾ ਹੋਇਆ ਨਜ਼ਰ ਆ ਰਿਹਾ ਔਰ ਇਹ ਦਿੱਲੀ ਵੱਧ ਵਾਲੇ ਗਿਆ ਧਰਨੇ ਜੀ, ਵਾਲੀ ਵੱਧ ਗਿਆ ਇਹ ਕਈ ਗੁਣਾ ਵੱਧ ਗਿਆ। ਡਾਕਟਰ ਸਾਹਿਬ ਤੁਸੀਂ ਗਾਇਨੋਕੋਲੋਜਿਸਟ ਹੋ, ਤੁਸੀਂ ਪ੍ਰੈਕਟਿਸ ਕਰਦੇ ਹੋ, ਤੁਸੀਂ ਅਸਲੀ ਵਾਲੇ ਡਾਕਟਰ ਹੋ। ਮੈਂ ਇੱਕ ਚੀਜ਼ ਤੁਹਾਡੇ ਵੱਲ ਜਿਹੜਾ ਸਵਾਲ ਲੈ ਕੇ ਆ ਰਹੀ ਹਾਂ, ਮੇ ਬੀ ਚੰਗਾ ਵੀ ਨਾ ਲੱਗੇ, ਪਰ ਸਵਾਲ ਇਹੀ ਹੈ ਜੀ ਕਿ ਸਾਇੰਟਿਫਿਕ ਜਦੋਂ ਆਪਾਂ ਫੈਕਟ ਦੇਖਦੇ ਹਾਂ ਤਾਂ ਉਹ ਫੈਕਟ ਇਸ ਧਰਨੇ ਦੇ ਹੱਕ ਦੇ ਵਿੱਚ ਨਹੀਂ ਬੋਲਦੇ। ਤੁਹਾਡੇ ਸਾਹਮਣੇ 3 ਆਡਿਟ ਰਿਪੋਰਟਸ ਆਈਆਂ ਨੇ ਜਿਹੜੀਆਂ ਕਿ ਆਪਣੀ ਸਟੇਟ ਦੀ ਪੋਲਿਊਸ਼ਨ ਕੰਟਰੋਲ ਬੋਰਡ ਵੱਲੋਂ ਵੀ ਸੈਂਪਲ ਲਏ ਗਏ ਸੀ ਅਲੱਗ ਅਲੱਗ ਥਾਵਾਂ ਤੋਂ। ਉਸ ਤੋਂ ਬਾਅਦ ਐਨਜੀਟੀ ਦੀ ਜਿਹੜੀ ਸਟੇਟ ਏਜੰਸੀ ਆ, ਸਟੇਟ ਰਨ ਜਿਹੜੇ ਟੀਮ ਆ, ਉਹ ਆਈ ਸੀ, ਜਿਹੜੇ ਇੱਥੋਂ ਦੇ ਲੋਕਲ ਐਗਰੀਕਲਚਰ ਆਫੀਸਰ ਆ ਉਹਨਾਂ ਵੱਲੋਂ ਵੀ ਸੈਂਪਲ ਲਏ ਗਏ। ਇਹ ਜਿਹੜੇ ਸੈਂਪਲਾਂ ਦੀਆਂ ਰਿਪੋਰਟਾਂ ਆਈਆਂ ਨੇ, ਉਹ ਰਿਪੋਰਟਾਂ ਤਾਂ ਕਹਿੰਦੀਆਂ ਨੇ ਕਿ ਇਸ ਡਿਸਟਿਲਰੀ ਕਰਕੇ, ਇਸ ਸ਼ਰਾਬ ਦੀ ਫੈਕਟਰੀ ਕਰਕੇ ਕੋਈ ਵੀ ਪੋਲਿਊਸ਼ਨ ਨਹੀਂ ਹੋ ਰਿਹਾ। ਸੋ ਜਿਹੜਾ ਲੌਜਿਕ ਆ, ਜਿਹੜੇ ਤੱਥ ਆ, ਐਵੀਡੈਂਸਿਸ ਆ, ਉਹ ਤੁਹਾਡੇ ਇਸ ਧਰਨਾਕਾਰੀਆਂ ਦੇ ਇਸ ਧਰਨੇ ਦੇ ਹੱਕ ਦੇ ਵਿੱਚ ਕਿਉਂ ਨਹੀਂ ਜਾ ਰਿਹਾ? ਇਹਦੇ ਵਿੱਚੋਂ 3 ਐਸਪੈਕਟ ਵਿਚਾਰਨ ਵਾਲੇ ਆ। ਇੱਕ ਐਸਪੈਕਟ ਇਹ ਹੈ ਕਿ ਫਿਰ ਉਹ ਪੋਲਿਊਸ਼ਨ ਕਿੱਥੋਂ ਆ ਰਿਹਾ, ਕਿਉਂਕਿ ਇਲਾਕੇ ਦੇ ਵਿੱਚ ਇੱਕੋ ਇੱਕ ਫੈਕਟਰੀ ਹੈ। ਨੰਬਰ 2, ਜੇ ਲੋਕ ਸੈਟਿਸਫਾਈਡ ਨਹੀਂ ਉਹਨਾਂ ਰਿਪੋਰਟਾਂ ਤੋਂ, ਤਾਂ ਕੀ ਕੋਈ ਇਨਕੁਆਇਰੀ ਨਹੀਂ ਬੈਠਣੀ ਚਾਹੀਦੀ ਵੀ ਰਿਪੋਰਟਾਂ ਸਹੀ ਵੀ ਆਈਆਂ ਹੈ ਕਿ ਉਹ ਵੀ ਬੰਦੇ ਖਰੀਦ ਲਏ ਗਏ? ਕਿਉਂਕਿ NOC ਵੀ ਤਾਂ ਪਹਿਲਾਂ ਲੋਕਾਂ ਨੇ ਨਹੀਂ ਨਾ ਦਿੱਤੇ, ਪੰਚਾਇਤਾਂ ਨੇ ਨਹੀਂ ਦਿੱਤੇ, NOC ਵੀ ਤਾਂ ਉਹਨਾਂ ਨੂੰ ਮਿਲ ਗਏ ਨਾ, ਉਹ ਕਿਵੇਂ ਮਿਲ ਗਏ? ਅਗਲਾ ਸਵਾਲ ਹੈ ਤਾਂ ਫਿਰ ਕੀ ਜੇ NOC ਉਹ ਲੈ ਸਕਦੇ ਆ, ਤਾਂ ਕੀ ਉਹ ਪੋਲਿਊਸ਼ਨ ਬੋਰਡ ਨੂੰ ਮੈਨੀਪੁਲੇਟ ਨਹੀਂ ਕਰ ਸਕਦੇ? ਕੀ ਉਹ ਪਰ NGT ਕੀ ਵੀ ਮੈਨੀਪੁਲੇਟ ਨਹੀਂ ਕਰ ਸਕਦੇ? ਨੈਸ਼ਨਲ ਗ੍ਰੀਨ ਟ੍ਰਿਬਿਊਨਲ ਇੱਕ ਏਦਾਂ ਦੀ ਸੰਸਥਾ ਹਾਂ, ਜਿਹਨੇ ਸਰਕਾਰਾਂ ਨੂੰ ਅਸੀਂ ਵੀ ਸਾਨੂੰ ਬੜੀ ਫਾਈਨ ਉਮੀਦ ਲਗਾਏ। ਸੀ, ਯੂ ਆਰ ਰਾਈਟ, ਸਾਨੂੰ ਬੜੀ ਉਮੀਦ ਸੀ ਵੀ ਹੁਣ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਆ ਗਿਆ ਤੇ ਐਤਕੀ ਰਿਪੋਰਟ ਸਹੀ ਆਏਗੀ, ਸੰਤ ਸੀਚੇਵਾਲ ਵੀ ਨਾਲ ਆਏ, ਪਰ ਸੰਤ ਸੀਚੇਵਾਲ ਵੀ ਉੱਥੇ ਗੋਲਮੋਲ ਬੋਲੇ ਜਿੰਨਾ ਉਹ ਗੜਕ ਕੇ ਪਹਿਲਾਂ ਬੋਲਦੇ ਸੀ ਵਾਤਾਵਰਨ ਬਾਰੇ, ਐਤਕੀ ਨਹੀਂ ਬੋਲੇ, ਗੋਲਮੋਲ ਬੋਲੇ MP ਬਣਨ ਤੋਂ ਬਾਅਦ ਉਹ, ਤੇ ਉਹ ਉਹਨਾਂ ਦੀ ਰਿਪੋਰਟ ਤੋਂ ਵੀ ਸਾਨੂੰ ਬੜੀ ਨਿਰਾਸ਼ਾ ਹੋਈ ਕਿ ਸ਼ਰਿਆ ਮੈਂ ਉਸ ਦਿਨ ਕੋਲੇ ਸੀ ਜਿਸ ਦਿਨ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਸੈਂਪਲ ਭਰਿਆ, ਮੈਂ ਕੋਲ ਖੜੀ ਸੀ, ਔਰ ਤੇ ਉਹਨਾਂ ਉਹ ਨੇ ਬੋਲਦੇ ਸੈਂਪਲ ਜਿਹੜੇ ਵਿੱਚੋਂ ਆ ਉਹ ਕੰਪਨੀ ਦੇ ਕੋਲੋਂ ਭਰੇ ਨੇ ਜਿਹੜੇ ਜਿੱਥੇ ਕੰਪਨੀ ਲੱਗੀ ਹੋਈ ਹੈ। ਉਹ ਜਿਹੜਾ ਬੋਰ ਬਣਿਆ ਹੈ ਮਈਆਂ ਵਾਲਾ ਗੁਰਦੁਆਰਾ ਵਿੱਚ, ਉੱਥੋਂ ਭਰੇ ਇੱਕ ਤਾਂ, ਇੱਕ ਫੈਕਟਰੀ ਦੇ ਅੰਦਰੋਂ ਵੀ ਲਏ ਉਹਨਾਂ ਨੇ ਤੇ ਇੱਕ ਕੋਈ ਆਸੇ ਪਾਸੇ ਦੇ ਏਰੀਆਜ਼ ਵਿੱਚੋਂ ਵੀ ਲਏ ਆ। ਕਿੰਨੇ ਸਾਰੇ ਸੈਂਪਲ ਲੈ ਕੇ ਗਏ ਉਹ, ਤੇ ਜਿਹੜਾ ਮਈਆਂ ਵਾਲੇ ਗੁਰਦੁਆਰਾ ਦੇ ਵਿੱਚੋਂ ਆ ਰਿਹਾ ਸੀ ਪਾਣੀ, ਉਹ ਪਾਣੀ ਸ਼ਰੇਆਮ ਗੰਧਲਾ ਆ ਰਿਹਾ, ਜਿਹੜੇ ਹੋਰ ਆਸੇ ਪਾਸੇ ਵਾਲੇ ਖੇਤਾਂ ਵਿੱਚ ਆ ਰਿਹਾ ਉਹ ਵੀ ਗੰਧਲਾ ਆ ਰਿਹਾ। ਪਰ ਉਹਨਾਂ ਨੇ ਤੇ ਕਿਹਾ ਕਿ ਐਨਜੀਟੀ ਦੀ ਰਿਪੋਰਟ ਕਹਿੰਦੀ ਹੈ ਕਿ ਇਹ ਡਿਸਟਿਲਰੀ ਦੀ ਕੰਟੈਮੀਨੇਸ਼ਨ ਨਹੀਂ ਹੈ, ਇਹ ਸਿਰਫ ਔਰ ਸਿਰਫ ਜਿਹੜਾ ਸੀਵਰੇਜ ਦਾ ਪਾਣੀ ਗੰਦਾ ਹੈ, ਡੋਮੈਸਟਿਕ ਜਿਹੜਾ ਸੀਵਰੇਜ ਹੈ। ਡੋਮੈਸਟਿਕ ਸੀਵਰੇਜ ਦਾ ਪਾਣੀ ਹੈ ਜਿਹੜਾ, ਉਹ ਕਿੰਨਾ ਡੂੰਘਾ ਜਾ ਸਕਦਾ ਇਹ ਵੀ ਸਾਨੂੰ ਦੱਸਿਆ ਜਾਵੇ। ਇਹ ਬੋਰ 700 ਫੁੱਟ ਡੂੰਘਾ ਬੋਰ ਸੀ, ਦੱਸਿਆ ਜਾਵੇ ਸਾਨੂੰ ਵੀ 700 ਫੁੱਟ ਡੂੰਘਾਈ ਤੱਕ ਸੀਵਰੇਜ ਦਾ ਪਾਣੀ ਜਾਂਦਾ ਹੈ, ਤੇ ਜੇ ਸੀਵਰੇਜ ਦਾ ਪਾਣੀ ਵੀ ਧਰਤੀ ਹੇਠ ਜਾ ਰਿਹਾ ਤਾਂ ਵੀ ਸਰਕਾਰ ਜ਼ਿੰਮੇਵਾਰ ਹੈ, ਤਾਂ ਵੀ ਇਹ ਅਫਸਰ ਜ਼ਿੰਮੇਵਾਰ ਹੈ, ਪੋਲਿਊਸ਼ਨ ਬੋਰਡ ਵੀ ਜ਼ਿੰਮੇਵਾਰ ਹੈ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੀ ਜ਼ਿੰਮੇਵਾਰ ਹੈ, ਇਹਨਾਂ ਅਫਸਰਾਂ ਤੇ ਕੋਈ ਐਕਸ਼ਨ ਕਿਉਂ ਨਹੀਂ ਹੋ ਰਿਹਾ? ਇੱਕ ਪੱਖ ਇਹ ਇਹ ਵੀ ਵੀ ਹੋ ਜਵਾਬ ਦੇ ਸਕਦਾ, ਦਿਓ। ਅਗਰ ਅਸੀਂ ਜਾਣਨਾ ਚਾਹੀਏ ਡਾਕਟਰ ਸਾਹਿਬ ਕਿ ਕਿਉਂਕਿ ਫੈਕਟਰੀ ਤਾਂ 24 ਜੁਲਾਈ ਤੋਂ ਹੀ ਬੰਦ ਕਰਵਾਈ ਹੋਈ ਹੈ ਜੀ, ਸੋ ਇਹ ਵੀ ਹੋ ਸਕਦਾ ਕਿ ਫੈਕਟਰੀ ਕਿਉਂਕਿ ਬੰਦ ਸੀ ਇਹਦੇ ਨਾਲ ਵੀ ਪੋਲਿਊਸ਼ਨ ਦਾ ਲੈਵਲ ਥੋੜਾ ਕਿਸੇ ਤਰ੍ਹਾਂ ਘਟ ਗਿਆ ਹੋਵੇ, ਇਹਨੂੰ ਹਾਂ ਸਾਇੰਟਿਫਿਕਲੀ ਬਿਲਕੁਲ ਦੇਖਣਾ ਹੋਵੇ ਬਿਲਕੁਲ, ਤਾਂ। ਇਹ ਤੁਹਾਡਾ ਇੰਪੋਰਟੈਂਟ ਪੁਆਇੰਟ ਹੈ, ਫੈਕਟਰੀ ਬੰਦ ਨਾਲ ਵੀ ਕਿਉਂਕਿ ਬਹੁਤ ਇਹ ਲੇਟ ਸੈਂਪਲ ਲੈਣ ਆਏ ਹੈ, ਫਿਰ ਵੀ ਇਸ ਦੇ ਬਾਵਜੂਦ ਵੀ ਨਾ ਇਹਨਾਂ ਨੇ ਡਿਟੇਲ ਰਿਪੋਰਟ ਨਹੀਂ ਦਿੱਤੀ। ਉਹਦੇ ਵਿੱਚ ਕੁਛ ਇਹੋ ਜਿਹੇ ਤੱਤ ਹੁੰਦੇ ਆ ਜਿਹੜੇ ਸੀਵਰ ਵਾਟਰ ਚ ਨਹੀਂ ਹੁੰਦੇ ਤੇ ਫੈਕਟਰੀ ਦੇ ਕੈਮੀਕਲਸ ਵਿੱਚ ਹੁੰਦੇ ਆ, ਉਹਨਾਂ ਦਾ ਤਾਂ ਮੈਂਸ਼ਨ ਨਹੀਂ ਹੈ ਨੀ ਰਿਪੋਰਟ ਵਿੱਚ ਵੀ ਉਹਨਾਂ ਨੇ ਉਹ ਟੈਸਟ ਕੀਤੇ ਆ ਕਿ ਨਹੀਂ ਕੀਤੇ। ਸੋ ਤੁਹਾਨੂੰ ਲੱਗਦਾ ਹੈ ਕਿ ਬਹੁਤ ਵੱਡੇ ਲੈਵਲ ਤੇ ਮੈਨੀਪੂਲੇਸ਼ਨ ਕੀਤੀ ਗਈ ਆ ਰਿਪੋਰਟਸ ਦੇ ਮੈਨੀਪੂਲੇਸ਼ਨ ਨਾਲ? ਬਹੁਤ ਵੱਡੇ ਲੈਵਲ ਤੇ ਹੋਈ ਹੈ, ਬਹੁਤ ਵੱਡੇ ਲੈਵਲ ਤੇ ਹੋਈ ਹੈ। ਦੇਖੋ ਇੱਕ ਇਹ ਵੀ ਤਾਂ ਸੋਚਣ ਦੀ ਗੱਲ ਹੈ ਨਾ ਕਿ ਜੇ ਕੱਲਾ ਸੀਵਰੇਜ ਦਾ ਪਾਣੀ ਹੈ ਉਹਦੇ ਕਰਕੇ ਪੋਲਿਊਸ਼ਨ ਹੈ, ਤਾਂ ਇਲਾਕੇ ਦੇ ਵਿੱਚ ਸਿਰਫ ਪੇਟ ਦੀਆਂ ਬਿਮਾਰੀਆਂ ਹੋਣੀਆਂ ਚਾਹੀਦੀਆਂ, ਇਲਾਕੇ ਦੇ ਵਿੱਚ ਸਕਿਨ ਦੀਆਂ ਬਿਮਾਰੀਆਂ, ਕੈਂਸਰ ਹੈ, ਪਸ਼ੂ ਮਰੇ ਹੈ, ਗੋਡਿਆਂ ਦੀਆਂ ਬਿਮਾਰੀਆਂ ਵਧੀਆਂ, ਇਹ ਬਿਮਾਰੀਆਂ ਕਿਉਂ ਵਧੀਆਂ? ਰਾਈਟ। ਮੈਂ ਭਗਵੰਤ ਸੋ ਫਿਰ ਮਾਨ ਸਰਕਾਰ ਤੱਕ ਤੁਹਾਡੇ ਰਾਹੀਂ ਇੱਕ ਗੱਲ ਪਹੁੰਚਾਉਣਾ ਚਾਹੁੰਦੀ ਹਾਂ
ਵੀ ਤੁਸੀਂ ਬਾਕੀ ਸਾਰੀਆਂ ਗੱਲਾਂ ਦੇ ਵਿੱਚ ਤਾਂ ਅਮਰੀਕਾ ਦੀ ਨਕਲ ਕਰਦੇ ਹੋ ਤੇ ਆਪਦੇ ਆਪ ਨੂੰ ਕਹਿੰਦੇ ਹੋ ਜੀ ਅਸੀਂ ਡਿਵੈਲਪਡ ਕੰਟਰੀ ਬਣਾਉਣਾ ਹੈ। ਚਲੋ ਅਮਰੀਕਾ ਦੇ ਤੁਹਾਨੂੰ ਇੱਕ ਉਦਾਹਰਨ ਦੇ ਦਿੰਦੀ, ਉੱਥੇ ਇੱਕ ਇਲਾਕੇ ਦੇ ਵਿੱਚ ਇੱਕ ਫੈਕਟਰੀ ਦਾ ਪੋਲਿਊਸ਼ਨ ਸਾਹਮਣੇ ਆਇਆ, ਪਹਿਲਾਂ ਪਤਾ ਲੱਗਾ ਵੀ ਲੋਕਾਂ ਦੇ ਵਿੱਚ ਕੈਂਸਰ ਵੱਧ ਗਈ, ਤਾਂ ਇਮੀਡੀਏਟਲੀ ਗਵਰਨਮੈਂਟ ਨੇ ਉਹਦੀ ਇਨਕੁਆਇਰੀ ਸਟਾਰਟ ਕਰਾਤੀ ਕਿ ਇਹ ਕੈਂਸਰ ਕਿਉਂ ਵਧਿਆ। ਤਾਂ ਉੱਥੇ ਇੱਕ ਫੈਕਟਰੀ ਦਾ ਪੋਲਿਊਸ਼ਨ ਸਾਹਮਣੇ ਆਇਆ, ਉਹ ਵੀ ਇਸੇ ਤਰੀਕੇ ਨਾਲ ਧਰਤੀ ਥੱਲੇ ਪਾਣੀ ਪਾ ਰਹੇ ਸੀ ਗੰਦਾ। ਤਾਂ ਗਵਰਨਮੈਂਟ ਨੇ ਫੈਕਟਰੀ ਇਮੀਡੀਏਟਲੀ ਬੰਦ ਕਰਤੀ, ਉਹਨੂੰ ਜ਼ਬਤ ਕੀਤਾ, ਉਹਨੂੰ ਵੇਚ ਕੇ ਜਿਹੜੇ ਉਹਦੇ ਪੈਸੇ ਆਏ ਸਾਰੇ ਲੋਕਾਂ ਨੂੰ ਉੱਥੋਂ ਸ਼ਿਫਟ ਕਰਤਾ। ਸ਼ਿਫਟ ਕਰਕੇ ਉਹਨਾਂ ਨੂੰ ਨਵੀਂ ਥਾਂ ਤੇ ਵਸੇਬਾ ਦਿੱਤਾ। ਕਿਉਂ? ਕਿਉਂਕਿ ਇਹ ਜਿਹੜੀ ਕੈਂਸਰ ਦੀ ਜੀਨ ਹੈ ਇਹ ਫਿਊਚਰ ਵਿੱਚ ਅਗਲੀ ਨਸਲ ਚ ਵੀ ਜਾਂਦੀ ਹੈ। ਜੇ ਫੈਮਿਲੀ ਹਿਸਟਰੀ ਕੈਂਸਰ ਦੀ ਹੋਵੇ ਤਾਂ ਅਗਲੇ ਬੱਚਿਆਂ ਨੂੰ, ਅਗਲੀ ਨਸਲ ਨੂੰ ਕੈਂਸਰ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਤਾਂ ਜੀ ਉਹਨੇ ਆਪਣੇ ਉਹਨਾਂ ਨੂੰ ਨਸਲਕੁਸ਼ੀ ਤੋਂ ਬਚਾਉਣ ਵਾਸਤੇ ਉਹਨਾਂ ਨੇ ਉਹਨਾਂ ਨੂੰ ਉਸ ਇਲਾਕੇ ਵਿੱਚੋਂ ਹੀ ਸ਼ਿਫਟ ਕਰਤਾ। ਤੇ ਇੱਥੇ ਅਸੀਂ ਕਦੋਂ ਦੇ ਪਿੱਟੀ ਜਾਂਦੇ ਹਾਂ ਤੇ ਸੁਣਦੇ ਹੀ ਨਹੀਂ ਪਏ। ਇਹ ਤਾਂ ਹੁਣ ਵੱਡਾ ਮਸਲਾ ਬਣ ਗਿਆ। 2006 ਤੋਂ ਲੋਕ ਤਾਂ ਵਿਰੋਧ ਕਰ ਰਹੇ ਵੀ ਪੋਲਿਊਸ਼ਨ ਪਾਇਆ ਜਾ ਰਿਹਾ। ਹੁਣ ਕੁਛ ਲੋਕ ਕਹਿੰਦੇ ਆ ਨਾ ਜੀ ਉਹਨਾਂ ਨੇ ਜ਼ਮੀਨ ਇਹਨੂੰ ਇੰਨੀ ਕਿਉਂ ਵੇਚਤੀ। ਪਹਿਲਾਂ ਤਾਂ ਚਲੋ ਕਿਸੇ ਨੇ ਵੇਚੀ, ਸ਼ਰਾਬ ਫੈਕਟਰੀ ਲਾਈ, ਠੀਕ ਹੈ ਲੱਗ ਗਈ। ਉਸ ਤੋਂ ਬਾਅਦ ਉੱਥੇ ਇੱਕ ਖੰਡ ਮਿੱਲ ਲੱਗੀ ਹੋਈ ਸੀ, ਤਾਂ ਜਦੋਂ ਇਹਨਾਂ ਨੇ ਪੋਲਿਊਸ਼ਨ ਦਾ ਰੌਲਾ ਪਾਇਆ ਤਾਂ ਸਰਕਾਰ ਨੇ ਇਹ ਫੈਕਟਰੀ ਤਾਂ ਬੰਦ ਨਹੀਂ ਕੀਤੀ, ਖੰਡ ਮਿੱਲ ਬੰਦ ਕਰ ਦਿੱਤੀ। ਠੀਕ ਹੈ ਜੀ। ਜਦਕਿ ਖੰਡ ਮਿੱਲ ਲੋਕਾਂ ਨੂੰ ਚਾਹੀਦੀ ਸੀ, ਉਹਨਾਂ ਨੇ ਰੌਲਾ ਪਾਇਆ ਵੀ ਖੰਡ ਮਿੱਲ ਕਿਉਂ ਬੰਦ ਕਰਦੀ ਹੋਏ, ਤਾਂ ਸਾਨੂੰ ਚਾਹੀਦੀ ਹੈ, ਪਰ ਨਹੀਂ ਮੰਨੇ। ਚਲੋ ਉਹ ਨਿਕਲ ਗਿਆ। ਉਸ ਤੋਂ ਬਾਅਦ ਇਹਨਾਂ ਨੇ ਖੇਤਾਂ ਦੇ ਵਿੱਚ ਪਾਉਣਾ ਸ਼ੁਰੂ ਕਰਤਾ ਗੰਦਾ ਪਾਣੀ। ਲੋਕਾਂ ਨੇ ਸਾਨੂੰ ਦੱਸਿਆ ਵੀ ਸਾਡੇ ਖੇਤਾਂ ਦੇ ਵਿੱਚ ਖੜਾ ਰਹਿੰਦਾ ਸੀ, ਬਦਬੂ ਮਾਰਦੀ ਸੀ ਨੇੜੇ ਤੇੜੇ। ਹੁਣ ਕਈ ਲੋਕਾਂ ਨੇ ਅੱਕ ਕੇ ਵੀ ਉਹਨਾਂ ਦੀ ਫਸਲ ਮਰਨੀ ਸ਼ੁਰੂ ਹੋ ਗਈ, ਤੇ ਆਫੀਸਰਸ ਨੇ ਕੋਈ ਐਕਸ਼ਨ ਨਹੀਂ ਲਿਆ। ਜੇ ਤੁਸੀਂ ਪਿਛਲਾ ਸਾਰਾ ਰਿਕਾਰਡ ਵੇਖ ਲਓ ਨਾ 2006 ਤੋਂ ਲੈ ਕੇ ਹੁਣ ਤੱਕ, ਕਿੰਨੀਆਂ ਸਾਰੀਆਂ ਪੁਲਿਸ ਕੰਪਲੇਂਟਾਂ ਹੋਈਆਂ ਜਿਹੜੀਆਂ ਬਾਅਦ ਵਿੱਚ ਮਤਲਬ DDR ਦੇ ਲੈਵਲ ਤੇ ਹੀ ਖਤਮ ਕਰ ਦਿੱਤੀਆਂ ਗਈਆਂ ਰਾਜੀਨਾਮੇ ਜੇ ਕਰਵਾ ਕੇ। ਤੇ ਇਵੇਂ ਹੀ ਉਹ ਬੰਦੇ ਜਿਹੜੇ ਤੰਗ ਹੋਏ ਉਹਨਾਂ ਵਿੱਚੋਂ ਕੁਛ ਬੰਦਿਆਂ ਨੇ ਆਪਦੀ ਜ਼ਮੀਨ ਹੀ ਉੱਥੋਂ ਵੇਚਤੀ ਵੀ ਦਫਾ ਕਰੋ, ਚਲੋ ਵੀ ਫਸਲ ਤਾਂ ਹੁੰਦੀ ਨਹੀਂ ਇੱਥੇ, ਨਾ ਇਹਨਾਂ ਨੇ ਹਟਣਾ ਨਾ ਸਾਡੀ ਕੋਈ ਸਰਕਾਰ ਗੱਲ ਸੁਣਦੀ ਹੈ। ਤਾਂ ਉਵੇਂ ਉਹਦੀ ਜ਼ਮੀਨ ਤਾਂ ਵਧੀ ਗਈ। ਫਿਰ ਬਾਅਦ ਜਦੋਂ ਇਹ MLA ਬਣਿਆ ਉਦੋਂ ਤੱਕ ਇਹ ਫੈਕਟਰੀ 3 ਗੁਣਾ ਵੱਧ ਗਈ। 2017 ਦੇ ਵਿੱਚ ਪਹਿਲਾਂ ਇਹਨਾਂ ਦਾ ਨਾਂ ਅਨਾਉਂਸ ਹੋਇਆ ਸੀਗਾ ਕੈਂਡੀਡੇਟ ਦੇ ਦੀਪ ਤੌਰ ਤੇ। ਮਲਹੋਤਰਾ ਜੀ ਦਾ, ਜੀ ਤੁਸੀਂ ਗੱਲ ਕਰ ਰਹੇ ਹੋ ਹਾਂ ਜਿਨ੍ਹਾਂ ਦੀ ਇਹ ਹਾਂ ਕੰਪਨੀ ਹੈ। ਹਾਂ ਹਾਂ ਇਹਨਾਂ ਦਾ ਨਾਂ ਅਨਾਉਂਸ ਹੋਇਆ ਸੀਗਾ, ਪਰ ਬਾਅਦ ਵਿੱਚ ਬੰਟੀ ਰੁਮਾਨਾ ਦਾ ਹੋ ਗਿਆ। ਤਾਂ ਹੁਣ ਪਤਾ ਲੱਗਦਾ ਕਿ ਤਾਂ ਮੌਜ ਨਾਲ ਹੀ ਮੰਨ ਗਏ ਹੋਣਗੇ, ਕਿਉਂਕਿ ਇਥੇਨੋਲ ਦੀ ਸੈਟਲਮੈਂਟ ਹੋ ਗਈ ਹੋਣੀ ਹੈ ਵੀ ਇਥੇਨੋਲ ਦੀ ਪਰਮਿਸ਼ਨ ਦੇ ਦਿਓ, ਤੇ ਉਹ ਮਿਲ ਗਈ ਇਹਨਾਂ ਨੂੰ 17 ਤੋਂ ਬਾਅਦ। 21 ਤੇ 21 ਦੇ ਵਿੱਚ ਇਹਨਾਂ ਨੂੰ ਸਟਾਰਟ ਵੀ ਹੋ ਗਿਆ ਸੀ, ਕੰਮ ਵੀ ਸਟਾਰਟ ਹੋ ਗਿਆ ਸੀ, ਉਦੋਂ ਤੋਂ ਮਤਲਬ ਗੱਲਬਾਤ ਸਟਾਰਟ ਹੋਈ। ਤਾਂ ਹੁਣ ਉਹ ਇਥੇਨਾਲ ਦੀ ਫੈਕਟਰੀ ਹੈ ਜਿਹੜੀ, ਇਹ ਤਾਂ ਬਹੁਤ ਕਲੀਅਰ ਹੈ ਨਾ ਵੀ ਉਹ ਐਕਸਪਲੋਸਿਵ ਹੈ। ਤੇ ਐਕਸਪਲੋਸਿਵ ਦੀ ਕੋਈ ਵੀ ਫੈਕਟਰੀ ਹੈ ਜਿਹੜੀ, ਉਹ ਜਿੱਥੇ ਵਸੋਂ ਹੋਵੇ, ਜਿੱਥੇ ਖੇਤ ਹੋਣ, ਜਿੱਥੇ ਪਸ਼ੂ ਹੋਣ, ਉੱਥੇ ਉਹ ਨਹੀਂ ਲੱਗ ਸਕਦੀ। ਜਿਹੜਾ ਪੋਲਿਊਸ਼ਨ ਦਾ ਆਪਣੀਆਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਰਿਪੋਰਟ ਦੇ ਵਿੱਚ ਕੁਝ ਨਾ ਆਉਣਾ ਇੱਕ ਬਹੁਤ ਵੱਡਾ ਫੈਕਟਰ ਹੈ। ਆਪਾਂ ਸਟੇਟ ਏਜੰਸੀਆਂ ਨੂੰ ਵੀ ਮੰਨ ਸਕਦੇ ਹਾਂ, ਨੈਸ਼ਨਲ ਗ੍ਰੀਨ ਟ੍ਰਿਬਿਊਨਲ। ਦੇਖੋ ਹਾਈ ਕੋਰਟ ਦੇ ਵਿੱਚ ਤਾਂ ਡਾਕਟਰ ਸਾਹਿਬ ਆਪਾਂ ਜਾਣਦੇ ਹਾਂ ਦੇਖੋ ਕਿ ਤੱਥ ਰੱਖੇ ਜਾਣਗੇ। ਦੇਖੋ ਅਸੀਂ ਕਹਿੰਦੇ ਹਾਂ ਵੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਸਾਨੂੰ ਉਮੀਦ ਬਹੁਤ ਸੀ, ਪਰ ਕਿ ਅਸੀਂ ਸੈਟਿਸਫਾਈਡ ਨਹੀਂ ਹਾਂ ਉਹਨਾਂ ਦੀ ਰਿਪੋਰਟ ਨਾਲ। ਜੇ ਅਸੀਂ ਸੈਟਿਸਫਾਈਡ ਨਹੀਂ ਹੈ ਤਾਂ ਕੋਈ ਇਨਕੁਆਇਰੀ ਬਿਠਾਓ, ਉਹ ਜੱਜ ਸਿਟਿੰਗ ਜੱਜ ਦੀ ਇਨਕੁਆਇਰੀ ਕਰ ਲੇ, ਹਾਈ ਕੋਰਟ ਆਪ ਇਨਕੁਆਇਰੀ ਕਰ ਲੇ। ਪੋਲਿਊਸ਼ਨ ਤਾਂ ਹੈ ਨਾ ਇਲਾਕੇ ਵਿੱਚ। ਤੇ ਸੰਤ ਬਾਬਾ ਬਲਵੀਰ ਸਿੰਘ ਜੀ ਸੀਚੇਵਾਲ ਆਏ ਸੀਗੇ, ਹੁਣ MP ਵੀ ਨੇ ਆਪਣੇ, ਔਰ ਉਹਨਾਂ ਨੇ ਹਾਂ ਤਾਂ ਉਮਰ ਮੈਨੂੰ ਲੱਗਦਾ ਕੰਮ ਹੀ ਉਹਨਾਂ ਦਾ ਇਸੇ ਤੇ ਆ। ਮੇਰੀ ਕੰਮ ਹੀ ਉਹਨਾਂ ਮੁਲਾਕਾਤ ਨੇ ਵੀ ਕੀਤਾ, ਉਹਨਾਂ ਨਾਲ ਪਰ ਹੋਈ ਸੀ। ਐਤਕੀ ਉਹ ਸ਼ਾਇਦ ਕਿਉਂਕਿ ਖੁਦ MP ਸੀ, ਉਹ ਮਜਬੂਰ ਸੀ, ਉਹ ਇਹ ਕਹਿ ਕੇ ਗਏ ਕਿ ਕਾਨੂੰਨ ਮੁਤਾਬਕ ਜੋ ਵੀ ਹੋਊਗਾ ਫੈਸਲਾ ਕਰਾਂਗੇ। ਤੇ ਕਾਨੂੰਨ ਮੁਤਾਬਕ ਤਾਂ ਇੱਥੇ ਬੁੱਢਾ ਨਾਲਾ ਤੇ ਸੱਚ ਦਰਿਆ ਵੀ ਪਲੀਤ ਹੋ ਗਏ। ਪੂਰਾ ਪੰਜਾਬ ਪੋਲਿਊਸ਼ਨ ਦਾ ਸ਼ਿਕਾਰ ਹੈ, ਅਸੀਂ ਨਸਲਕੁਸ਼ੀ ਦਾ ਸ਼ਿਕਾਰ ਹੋਈ ਜਾਂਦੇ। ਇੱਕ ਨਵਾਂ ਤਰੀਕਾ ਨਸਲਕੁਸ਼ੀ ਦਾ ਪੰਜਾਬ ਦੀ, ਕਾਨੂੰਨ ਤਾਂ ਦੱਸੋ ਮੈਨੂੰ ਕਿੱਥੇ ਕਾਨੂੰਨ ਹੈ। ਬੁੱਢਾ ਨਾਲਾ ਦੇ ਵਿੱਚ ਜਦੋਂ ਗੰਦ ਪਾਉਂਦੇ ਆ, ਸਤਲੁਜ ਵਿੱਚ ਗੰਦ ਪਾਉਂਦੇ ਆ, ਇੱਥੇ ਸਤਲੁਜ ਤੋਂ ਜਦੋਂ ਪਿਛਲੀ ਵਾਰੀ ਗੰਦ ਪਿਆ ਇੱਥੇ, ਜ਼ਿਆਦਾ ਸਾਡੇ ਫਰੀਦਕੋਟ ਤੱਕ ਕਾਲਾ ਪਾਣੀ ਆ ਗਿਆ ਸੀ, ਸਰ 370 ਅਨਡਾਊਟਡਲੀ ਸੀ। ਪੰਜਾਬ ਦੇ ਬਹੁਤ ਇਦਾਂ ਦੇ ਖੇਤਰ ਨੇ ਜਿੱਥੇ ਪੋਲਿਊਸ਼ਨ ਹਵਾ ਦਾ ਪਾਣੀ ਦਾ ਬਹੁਤ ਵੱਡੇ ਪੱਧਰ ਤੇ, ਔਰ ਇਹ ਇੱਕ ਅਨਫੋਰਚੂਨੇਟ ਸਿਚੁਏਸ਼ਨ ਹੈ। ਪਰ ਜਦੋਂ ਆਪਾਂ ਜੀਰੇ ਵਾਲੇ ਪ੍ਰੋਟੈਸਟ ਨੂੰ ਦੇਖਦੇ ਹਾਂ
ਤਾਂ ਇਸ ਪ੍ਰੋਟੈਸਟ ਨੂੰ ਇੱਕ ਇੱਕ ਸ਼ਰਾਬ ਫੈਕਟਰੀ ਤੱਕ ਦਾ ਪ੍ਰੋਟੈਸਟ ਹੈ ਕਿ ਇੱਕ ਸ਼ਰਾਬ ਫੈਕਟਰੀ ਨੂੰ ਡਿਸਟਿਲਰੀ ਨੂੰ ਬੰਦ ਕਰਾਉਣਾ ਹੈ। ਪਰ ਇਹਦੇ ਪਿਛਲੀ ਚੀਜ਼ ਜਿੱਦਾਂ ਹੁਣ ਤੁਸੀਂ ਵੀ ਫੈਕਟ ਦਿੱਤੇ ਕਿ ਇੱਕ ਪੋਲੀਟੀਸ਼ੀਅਨ ਹੈ, ਪੋਲੀਟੀਕਲ ਬੰਦੇ ਨੂੰ ਟਾਰਗੇਟ ਨਾ ਕਰਕੇ ਇੱਕ ਇੱਦਾਂ ਲੱਗ ਰਿਹਾ ਕਿ ਬਿਜ਼ਨਸਮੈਨ ਨੂੰ ਟਾਰਗੇਟ ਕੀਤਾ ਜਾ ਰਿਹਾ। ਇਹਦੇ ਨਾਲ ਇੱਕ ਜਿਹੜਾ ਪ੍ਰਭਾਵ ਜਾ ਰਿਹਾ ਕਿ ਇਹਦਾ ਮਤਲਬ ਕਿ ਦੇਸ਼ ਦੇ ਵਿੱਚ ਖਾਸ ਤੌਰ ਤੇ ਪੰਜਾਬ ਦੇ ਵਿੱਚ ਜਿਹੜੀਆਂ ਫੈਕਟਰੀਜ਼ ਆ ਉਹ ਆ ਨਹੀਂ ਸਕਣਗੀਆਂ। ਇਹਦਾ ਮਤਲਬ ਕਿ ਫੈਕਟਰੀ ਲਾਉਣ ਲੱਗੇ ਬੰਦੇ ਘਬਰਾਉਣਗੇ, ਕਿਉਂਕਿ ਇੱਥੇ ਇੱਕ ਬਿਜ਼ਨਸਮੈਨ ਦੀ ਛਵੀ ਨੂੰ ਹੀ ਅੱਗੇ ਰੱਖ ਕੇ ਟਾਰਗੇਟ ਕੀਤਾ ਜਾ ਰਿਹਾ, ਇੱਕ ਡਿਸਟਿਲਰੀ ਨੂੰ, ਇੱਕ ਫੈਕਟਰੀ ਨੂੰ ਟਾਰਗੇਟ ਕੀਤਾ ਜਾ ਰਿਹਾ, ਨਾ ਕਿ ਇਸ ਚੀਜ਼ ਨੂੰ ਕਿ ਕੋਈ ਪੋਲੀਟੀਕਲ ਅਪਰੋਚ ਵਰਤ ਕੇ ਜਾਲੀ ਤਰ੍ਹਾਂ NOC ਲਿਆ ਹੋ ਸਕਦਾ ਹੈ। ਨਹੀਂ ਜੀ, ਅਸੀਂ ਫੈਕਟਰੀ ਨੂੰ ਟਾਰਗੇਟ ਨਹੀਂ ਕਰ ਰਹੇ, ਅਸੀਂ ਉਹ ਫੈਕਟਰੀ ਕੀ ਬਣਾਉਂਦੀ ਹੈ ਤੇ ਕੀ ਕਰ ਰਹੀ ਹੈ ਉਹਨੂੰ ਟਾਰਗੇਟ ਕਰ ਰਹੇ ਹਾਂ। ਲੈ ਇੱਥੇ ਦੀਪ ਮਲਹੋਤਰਾ ਫੂਡ ਪ੍ਰੋਸੈਸਿੰਗ ਫੈਕਟਰੀ ਲਾ ਲਏ, ਜਿੱਡੀ ਮਰਜ਼ੀ ਵੱਡੀ ਲਾ ਲਏ, ਮੈਂ ਉਹਨੂੰ ਮਦਦ ਕਰੂੰਗੀ, ਫੁੱਲ ਸਪੋਰਟ ਦਿਆਂਗੀ। ਇਸੇ ਫੈਕਟਰੀ ਨੂੰ ਬਦਲ ਦਿਓ, ਤੁਸੀਂ ਮਦਦ ਕਰੋ ਨਾ, ਸਾਨੂੰ ਫੂਡ ਪ੍ਰੋਸੈਸਿੰਗ ਇੰਡਸਟਰੀ ਚਾਹੀਦੀ ਹੈ, ਉਹ ਲਾਓ ਨਾ। ਅਸੀਂ ਨੀ ਫੈਕਟਰੀ ਦੇ ਵਿਰੋਧ ਵਿੱਚ ਨਹੀਂ ਹੈਗੇ, ਅਸੀਂ ਇੰਡਸਟਰੀ ਦੇ ਵਿਰੋਧ ਵਿੱਚ ਨਹੀਂ ਹੈਗੇ, ਇੰਡਸਟਰੀ ਦੇ ਵਿਰੋਧ ਵਿੱਚ ਨਹੀਂ ਹੈਗੇ, ਅਸੀਂ ਪੋਲਿਊਸ਼ਨ ਦੇ ਵਿਰੋਧ ਵਿੱਚ ਹਾਂ ਤੇ ਨਸ਼ੇ ਦੇ ਵਿਰੋਧ ਵਿੱਚ ਹਾਂ। ਹੁਣ ਗਵਰਨਮੈਂਟ ਕਿਉਂ ਨੀ ਵਿਰੋਧ ਕਰ ਰਹੀ? ਕਿਉਂਕਿ ਗਵਰਨਮੈਂਟ ਨੂੰ 50 ਤੋਂ 100 ਕਰੋੜ ਰੁਪਏ ਦਾ ਮਾਲੀਆ ਮਿਲਦਾ। ਤੇ ਇੱਕ ਹੋਰ ਵੀ ਬਹੁਤ ਵੱਡਾ ਫੈਕਟਰ ਹੈ ਕਿ ਇਹ ਜਿਹੜਾ ਦਿੱਲੀ L1 ਲਾਇਸੈਂਸ ਵਾਲਾ ਰੌਲਾ ਪਿਆ ਤੇ ED ਦੀ ਜਾਂਚ ਕਰ ਰਹੀ ਹੈ, ਉਹਦੇ ਵਿੱਚ ਵੀ ਦੀਪ ਮਲਹੋਤਰਾ ਦਾ ਨਾਮ ਹੈਗਾ। ਤੇ ਉੱਥੇ ਕਿਉਂਕਿ ਕੇਜਰੀਵਾਲ ਘਿਰਿਆ ਹੋਇਆ ਖੁਦ ਉਸ ਸਕੈਂਡਲ ਦੇ ਵਿੱਚ, ਤਾਂ ਉੱਥੇ ਉਹ ਇੱਕ ਦਿਨੇਸ਼ ਕੁਮਾਰ ਵਪਾਰੀ ਹੈ ਜਿਹੜਾ, ਉਹ ਆਲਰੇਡੀ ਸਰਕਾਰੀ ਗਵਾਹ ਬਣ ਚੁੱਕਿਆ ਤੇ ਉਹ ਨਹੀਂ ਚਾਹੁੰਦੇ ਵੀ ਇਹ ਇੱਕ ਹੋਰ ਬੰਦਾ ਸਰਕਾਰੀ ਗਵਾਹ ਬਣ ਜੇ। ਅਸੀਂ ਤਾਂ ਇਹੀ ਕਹਿੰਦੇ ਹਾਂ ਕਿ ਸਰਕਾਰ ਦਾ ਕੰਮ ਕੀ ਹੈ, ਵਾਤਾਵਰਨ ਨੂੰ ਬਚਾਉਣਾ। ਇੱਥੇ ਸਰਕਾਰ ਪੁੱਠੀ ਚੱਲੀ ਜਾਂਦੀ ਹੈ, 700 ਕਰੋੜ ਰੁਪਇਆ ਸਾਡੇ ਟੈਕਸਾਂ ਦਾ ਲਗਾ ਕੇ ਕੰਕਰੀਟ ਪਾਈ ਜਾ ਰਹੀ ਹੈ ਨਹਿਰਾਂ ਦੇ ਵਿੱਚ, ਨਾਲੇ ਅਸੀਂ 700 ਕਰੋੜ ਰੁਪਇਆ ਭਰਾਂਗੇ ਕੰਕਰੀਟ ਪਾਉਣ ਵਾਸਤੇ, ਨਾਲੇ ਧਰਤੀ ਵਿੱਚ ਪਾਣੀ ਸਿਮਨੋਂ ਹਟ ਜੂਗਾ, ਸਾਡੇ ਦਰਖਤ ਹਟ ਜਾਣਗੇ, ਸਾਡੇ ਜਲ ਜੀਵਨ ਹਟ ਜੂਗਾ, ਸਾਡੇ ਪੰਛੀ ਘੱਟ ਜਾਣਗੇ, ਸਾਡਾ ਪੀਣ ਵਾਲਾ ਪਾਣੀ ਘੱਟ ਜੂ, ਜਿਹੜਾ ਸਾਡੀਆਂ ਆਉਣ ਵਾਲੀਆਂ ਨਸਲਾਂ ਲਈ ਜ਼ਰੂਰੀ ਹੈ ਧਰਤੀ ਦੇ ਹੇਠਲਾ ਪਾਣੀ। ਭਗਵੰਤ ਮਾਨ ਜੀ ਨਾਲ ਮੀਟਿੰਗ ਹੋਈ ਔਰ ਉਹਦੇ ਵਿੱਚ ਕੀ ਗੱਲਬਾਤ ਹੋਈ ਜੋ ਭਗਵੰਤ ਮਾਨ ਜੀ ਕੀ ਕਹਿੰਦੇ? ਉਹਨੇ ਭਰੋਸਾ ਦਿੱਤਾ, ਉਹ ਤੁਸੀਂ ਭਰੋਸਾ ਦਿੱਤਾ ਕਿ ਅਸੀਂ ਤੁਹਾਡਾ ਮਸਲਾ ਹੱਲ ਕਰਾਂਗੇ, ਭਰੋਸਾ ਲੈ ਕੇ ਆਏ। ਉਸ ਤੋਂ ਬਾਅਦ ਕੁਲਦੀਪ ਸਿੰਘ ਢਾਲੀਵਾਲ ਆਇਆ ਉੱਥੇ, ਉਹ ਬਹੁਤ ਵਧੀਆ ਭਾਵਕ ਭਾਸ਼ਣ ਦੇ ਕੇ ਗਿਆ, ਉਹ ਅਜੇ ਭਾਸ਼ਣ ਦੇ ਹੀ ਜਾਂਦਾ ਸੀ, 5 ਮੁੰਡੇ ਚੱਕ ਕੇ ਲੈ ਗਏ, ਜਿਹ ਚ ਫਤਿਹ ਸਿੰਘ ਰਟੋਲ ਇੱਕ ਹੈਗਾ ਉੱਥੇ ਮੁੰਡਾ, ਰਟੋਲ ਰੋਹੀ ਦਾ ਮੁੰਡਾ ਸਰਪੰਚ ਉੱਥੋਂ ਦਾ ਨੌਜਵਾਨ ਹੈ, ਚਾਰ ਉਹਦੇ ਨਾਲ ਹੋ ਸਾਥੀ ਸੀ ਉਹਦੇ, 5 ਮੁੰਡੇ ਚੱਕ ਕੇ ਲੈ ਗਏ। ਲੋਕਾਂ ਨੇ ਕਿਹਾ ਵੀ ਸਾਡੇ ਉਹ ਮੁੰਡੇ ਕਿੱਥੇ ਹੈ ਦੱਸੋ, ਸਾਨੂੰ ਅਜੇ ਤੱਕ ਨਹੀਂ ਪਤਾ ਵੀ ਉਹ ਮੁੰਡਾ ਕਿਹੜੀ ਜੇਲ੍ਹ 'ਚ ਹੈ। ਇੱਕ ਤਾਂ ਸਰਕਾਰ ਆਪਣਾ ਕੰਮ ਨਹੀਂ ਕਰ ਰਹੀ ਵਾਤਾਵਰਨ ਬਚਾਉਣ ਵਾਲਾ, ਜੇ ਉਹ ਕੰਮ ਕਰਨ ਵਾਸਤੇ ਲੋਕ ਧਰਨੇ ਤੇ ਬੈਠੇ ਹੈ ਤਾਂ ਲੋਕਾਂ ਨੂੰ ਸੈਟਿਸਫਾਈ ਨਹੀਂ ਕਰ ਰਹੀ, ਉਸ ਪੋਲਿਊਸ਼ਨ ਨੂੰ ਰੋਕ ਨਹੀਂ ਰਹੀ, ਉਹਦਾ ਸੋਲਿਊਸ਼ਨ ਨਹੀਂ ਦੇ ਰਹੀ ਤੇ ਉੱਤੋਂ ਬੱਚਿਆਂ ਨੂੰ ਫੜ ਕੇ ਲਿਜਾ ਰਹੇ, ਤੇ ਸਾਨੂੰ ਦੱਸ ਵੀ ਨਹੀਂ ਰਹੇ ਵੀ ਸਾਡੇ ਬੱਚੇ ਹੈ ਕਿੱਥੇ। ਡਾਕਟਰ ਸਾਹਿਬ, ਇਹ ਡੈਡਲੌਕ ਜਿਹੜਾ ਹੈ ਕਿੱਦਾਂ ਟੁੱਟੇਗਾ? ਹੁਣ ਡੈਡਲੌਕ ਤੇ ਆਪਾਂ ਆ ਚੁੱਕੇ ਹਾਂ, ਇਸ ਚੀਜ਼ ਨੂੰ ਮੰਨਣਾ ਪਏਗਾ ਕਿਉਂਕਿ ਹਾਈ ਕੋਰਟ ਦਾ ਜਿਹੜਾ ਇੱਕ ਤਰ੍ਹਾਂ ਦਾ, ਦੇਖੋ ਜੀ ਇਹ ਹਾਈ ਕੋਰਟ ਦਾ ਸਿੰਗਲ ਬੈਂਚ ਦਾ ਡਿਸੀਜਨ ਹੈ ਇਹ, ਹੈ ਸਰਕਾਰ ਨੇ ਆਪਦੇ ਕੇਸ ਦੇ ਵਿੱਚ ਨਾ ਤਾਂ ਉੱਥੇ ਪੋਲਿਊਸ਼ਨ ਦੀ ਗੱਲ ਰੱਖੀ ਆਪਦੇ ਵੱਲੋਂ, ਨਾ ਉਹਨਾਂ ਨੇ ਇਹ ਕਿਹਾ ਵੀ ਡਬਲ ਬੈਂਚ ਹੋਵੇ ਜਾਂ ਇੱਕ ਮਲਟੀਪਲ ਜੱਜਸ ਦਾ ਬੈਂਚ ਹੋਵੇ ਤੇ ਉਹ ਹੇਠਾਂ ਜਾ ਕੇ ਗਰਾਊਂਡ ਤੇ ਵੇਖਣ ਤੇ ਲੋਕਾਂ ਨੂੰ ਸੈਟਿਸਫਾਈ ਕਰਨ, ਨਾ ਉਹਨਾਂ ਨੇ ਇਹ ਕਿਹਾ। ਰਾਜਵਿੰਦਰ ਸਿੰਘ ਬੈਂਸ ਨੇ ਆਪਦੀ ਗੱਲ ਕਹੀ, ਉਹ ਧਰਨਾਕਾਰੀਆਂ ਵੱਲੋਂ ਸੀ, ਪਰ ਮੇਨ ਕਿਉਂਕਿ ਕੇਸ ਉਹਨਾਂ ਤੇ ਗਵਰਨਮੈਂਟ ਦਾ ਵਿਚਾਲਿਆ ਤੇ ਜ਼ਿਆਦਾ ਗੱਲ ਤਾਂ ਉਹਨਾਂ ਦੀ ਸਾਹਮਣੇ ਆ ਰਹੀ ਹੈ, ਸਾਡੀ ਤਾਂ ਗੱਲ ਹੀ ਨਹੀਂ ਸਾਹਮਣੇ ਆ ਰਹੀ। ਸਾਰੇ ਕਹਿੰਦੇ ਜੀ ਇਹ ਸਨਅਤ ਦੇ ਖਿਲਾਫ ਹੈ, ਸਨਅਤ ਦੇ ਖਿਲਾਫ ਨਹੀਂ ਹੈਗੇ ਅਸੀਂ, ਅਸੀਂ ਪੋਲਿਊਸ਼ਨ ਦੇ ਖਿਲਾਫ ਹਾਂ। ਸਨਅਤ ਦੇ ਉੱਤੇ ਉਹ ਰੂਲਸ ਕਿਉਂ ਨਹੀਂ ਲਾਗੂ ਹੋ ਰਹੇ, ਕਿਉਂ ਉਹਨੂੰ ਪੋਲਿਊਸ਼ਨ ਨੂੰ ਕੰਟਰੋਲ ਆਪਣੇ ਲੈਵਲ ਤੇ ਨਹੀਂ ਕਰ ਰਹੇ, ਖਰਚਾ ਕਿਉਂ ਨਹੀਂ ਕਰ ਰਹੇ, ਕੌਣ ਉਹਨਾਂ ਨੂੰ ਇਜਾਜ਼ਤ ਦੇ ਦਿੰਦਾ, ਉਹ ਕਿਹੜੇ ਅਫਸਰ ਹੈ ਜਿਹੜੇ ਇਜਾਜ਼ਤ ਦੇ ਦਿੰਦੇ, ਉਹ ਕਿਹੜੇ ਨੇਤਾ ਜਿਹੜੇ ਉੱਤੇ ਸਿਰ ਤੇ ਹੱਥ ਰੱਖਿਆ ਹੋਇਆ ਉਹਨਾਂ ਨੇ ਇਹਨਾਂ ਅਫਸਰਾਂ ਤੇ ਮੰਤਰੀਆਂ ਦੇ। ਹੁਣ ਤਾਂ ਕਾਫੀ ਖੁਲਾਸੇ ਆ ਰਹੇ ਆ, ਉਹ ਮੱਤੇਵਾੜਾ ਦਾ ਜੰਗਲ ਕੱਟਿਆ ਗਿਆ, ਉਹ ਮੰਤਰੀ ਨੂੰ ਵੀ ਹੁਣ ਰੋਕ ਲਿਆ ਉੱਥੇ ਜਾਣ ਤੋਂ ਬਾਹਰ। ਸਾਨੂੰ ਫੂਡ ਪ੍ਰੋਸੈਸਿੰਗ ਇੰਡਸਟਰੀ ਚਾਹੀਦੀ ਹੈ, ਸਾਨੂੰ IT ਇੰਡਸਟਰੀ ਚਾਹੀਦੀ ਹੈ, ਸਾਡੇ ਬੱਚੇ IT ਦੇ ਮਾਹਰ ਹੈ,
ਉਹ ਬੈਂਗਲੋਰ ਜਾ ਰਿਹਾ ਹੈ, ਕੋਈ ਮਦਰਾਸ ਜਾ ਰਿਹਾ ਹੈ, ਕੋਈ ਕਿਤੇ ਜਾ ਰਿਹਾ ਹੈ, ਤੇ ਪੰਜਾਬ ਦੇ ਵਿੱਚ ਉਹਨਾਂ ਵਾਸਤੇ ਨੌਕਰੀ ਹੈ ਨਹੀਂ, ਉਹਨਾਂ ਵਾਸਤੇ ਕੰਮ ਹੈ ਨਹੀਂ ਪੰਜਾਬ ਵਿੱਚ। ਪੰਜਾਬ ਵਿੱਚ ਆਈਟੀ ਇੰਡਸਟਰੀ ਕਿਉਂ ਨਹੀਂ ਆਉਂਦੀ ਦੱਸੋ ਮੈਨੂੰ? ਆਈਟੀ ਇੰਡਸਟਰੀ ਦੇ ਕੀ ਪੋਲਿਊਸ਼ਨ ਫੈਲਾਉਣਾ ਹੈ? ਉਹ ਫੈਲਾਉਣਾ ਹੈ? ਅਸੀਂ ਅਸੀਂ ਚਾਹੁੰਦੇ ਹਾਂ ਆਈਟੀ ਇੰਡਸਟਰੀ ਇੱਥੇ ਆਵੇ, ਅਸੀਂ ਚਾਹੁੰਦੇ ਹਾਂ ਫੂਡ ਪ੍ਰੋਸੈਸਿੰਗ ਇੰਡਸਟਰੀ ਇੱਥੇ ਆਵੇ, ਅਸੀਂ ਚਾਹੁੰਦੇ ਹਾਂ ਵੀ ਲੋਇਲੀ ਇੱਥੇ ਆਵੇ ਜਿਹੜੀਆਂ ਚੀਜ਼ਾਂ ਸਾਡੇ ਬਣਦੀਆਂ। ਹੁਣ ਦੇਖੋ ਵੱਡੀਆਂ ਵੱਡੀਆਂ ਮਸ਼ੀਨਾਂ ਬਣਾਉਂਦੇ ਸਾਡੇ ਸਨਅਤਕਾਰ ਹੈ, ਤੇ ਉਹ ਮਸ਼ੀਨਾਂ ਪਤਾ ਕਿੱਥੇ ਜਾਂਦੀਆਂ? ਪਾਕਿਸਤਾਨ। ਤੇ ਉਹ ਪਾਕਿਸਤਾਨ ਜਦੋਂ ਜਾਂਦੀਆਂ ਪਤਾ ਕਿੱਥੋਂ ਦੀ ਜਾਂਦੀਆਂ? ਪਹਿਲਾਂ ਉਹ ਬੰਬੇ ਵੱਲ ਜਾਂ ਗੁਜਰਾਤ ਵਾਲੇ ਪਾਸੇ ਜਾਂਦੀਆਂ, ਫਿਰ ਉੱਥੋਂ ਜਹਾਜ਼ ਤੇ ਚੜ੍ਹ ਕੇ ਉੱਧਰ ਜਾਂਦੀ ਹੈ, ਤੇ ਇਸ ਬਾਰਡਰ ਰਾਹੀਂ ਨਹੀਂ ਭੇਜ ਸਕਦੇ ਹੋ। ਆ ਜਿਹੜਾ ਸਾਡੇ ਨਾਲ 4 ਕਿਲੋਮੀਟਰ ਤੇ ਪਾਕਿਸਤਾਨ ਆ ਜਾਂਦਾ, ਇਹ ਬਾਰਡਰ ਨਹੀਂ ਖੋਲਣਾ। ਕਿੰਨੇ ਜ਼ਿਆਦਾ ਖਰਚਾ ਹੁੰਦਾ ਹੈ ਉਹਨਾਂ ਲੋਹੇ ਦੇ ਬੰਦਿਆਂ ਨੂੰ ਜਿਹੜੇ ਉਹ ਮਸ਼ੀਨਾਂ ਬਣਾਉਂਦੇ ਆ, ਉਹ ਇੰਡਸਟਰੀਲਿਸਟ ਆ ਜਿਹੜੇ, ਅਸੀਂ ਉਹਨਾਂ ਇੰਡਸਟਰੀਲਿਸਟਾਂ ਦੇ ਹੱਕ ਚ ਜਿਹੜੇ ਮਸ਼ੀਨਾਂ ਬਣਾ ਕੇ ਉਹ ਕਮਾਈ ਪੰਜਾਬ ਨੂੰ ਵੀ ਰੁਜ਼ਗਾਰ ਦੇ ਰਹੇ ਹੈ, ਉਹ ਕਮਾਈ ਵੀ ਕਰਵਾ ਰਹੇ ਇੰਡੀਆ ਦੀ ਹੈ, ਪਰ ਉਹਨਾਂ ਦੀ ਸਹੂਲਤ ਲਈ ਉਹਨਾਂ ਨੇ ਆਹ ਵਾਲਾ ਬਾਰਡਰ ਨਹੀਂ ਖੋਲਣਾ ਪਾਕਿਸਤਾਨ ਵਾਲਾ, ਵੀ ਇੱਥੇ ਈਰਾਨ ਤੱਕ ਸਾਡੀਆਂ ਚੀਜ਼ਾਂ ਜਾਣ। ਇਹ ਸਾਡੀ ਮੰਗ ਹੈ ਵੀ ਸਿਲਕ ਰੂਟ ਵਾਲਾ ਖੋਲੋ, ਜੇ ਸਿਲਕ ਰੂਟ ਵਾਲਾ ਖੋਲਦੇ ਆ ਤਾਂ ਇੱਥੇ ਫੂਡ ਪ੍ਰੋਸੈਸਿੰਗ ਇੰਡਸਟਰੀ ਪੂਰੀ ਕਾਮਯਾਬ ਹੋ ਜਾਂਦੀ ਹੈ, ਈਰਾਨ ਅਫਗਾਨਿਸਤਾਨ ਤੱਕ ਸਾਡਾ ਮਾਲ ਜਾਂਦਾ। ਕੀ ਆਪਣੇ ਕੋਲ ਫੈਕਟਰੀ ਦੇ ਪ੍ਰੈਮਿਸਿਸ ਦੇ ਅੰਦਰ ਦੀ ਕੋਈ ਰਿਪੋਰਟ ਹੈਗੀ ਹੈ ਤੁਹਾਡੇ ਕੋਲ ਕਿ ਉਹਨਾਂ ਦੇ ਅੰਦਰ ਸੀਵਰੇਜ ਟ੍ਰੀਟਮੈਂਟ ਪਲਾਂਟ ਕਿਵੇਂ ਕੰਮ ਕਰਦਾ? ਕੀ ਉਹਨਾਂ ਕੋਲ ਇਦਾਂ ਦਾ ਮੈਕੇਨਿਜ਼ਮ ਹੈਗਾ? ਉਹਨਾਂ ਦਾ ਜਿੰਨੀ ਵੱਡੀ ਫੈਕਟਰੀ ਹੈ ਉਸ ਮੁਤਾਬਕ ਉਹਨਾਂ ਦਾ ਜਿਹੜਾ ਉਹ ਮਕੈਨਿਜ਼ਮ ਹੈਗਾ ਉਹ ਉਹਨਾਂ ਐਕਸਟੈਂਡ ਨਹੀਂ ਹੋਇਆ। ਤਾਂ ਇਹ ਜਿਹੜੇ ਬੰਦੇ ਅੰਦਰ ਗਏ ਆ, ਮੈਂ ਖੁਦ ਤਾਂ ਨਹੀਂ ਗਈ ਪਰ ਜਿਹੜੇ ਅੰਦਰ ਗਏ ਉਹਨਾਂ ਨੇ ਸਾਨੂੰ ਦੱਸਿਆ, ਇੱਕ ਬੰਦੇ ਨੇ ਦੱਸਿਆ ਵੀ ਟੋਟਲ ਉੱਥੇ 13 ਬੋਰ ਹੈ ਅੰਦਰ, 2.25 ਫੁੱਟ ਵਿਥ ਦੇ ਬੋਰ ਹੈ ਜਿਹਨੂੰ ਉਹ ਪਹਿਲਾਂ ਕਰਕੇ ਉਹ ਚੋਂ ਪਾਣੀ ਲੈਂਦੇ ਆ, ਫੈਕਟਰੀ ਵਾਸਤੇ ਵਰਤਦੇ ਆ। ਜਦੋਂ ਉਹ ਬੋਰ ਖਾਲੀ ਹੋ ਜਾਂਦਾ ਤਾਂ ਉਹਦੇ ਵਿੱਚ ਹੀ ਉਹ ਪੋਲਿਊਸ਼ਨ ਵਾਲਾ ਪਾਣੀ ਤੇ ਸੋ ਵਗੈਰਾ ਪਾਉਂਦੇ ਆ। ਤੇ ਇੱਕ ਹੋਰ ਮੇਰੇ ਨਾਲ ਮਿਲਿਆ ਸੀ, ਮੈਂ ਉਹਨੂੰ ਕਿਹਾ ਸੀ ਵੀ ਜਿਹਨੇ ਆਪਦੇ ਅੱਖੀ ਉਹ ਵੇਖੇ ਆ ਨਾ, ਮੈਨੂੰ ਉਹ ਬੰਦਾ ਦੱਸੇ। ਉਸ ਬੰਦੇ ਨੇ ਕਿਹਾ ਵੀ ਨੋ ਮੈਂ ਵੇਖੀ। ਕੀ ਆਪਣੇ ਕੋਲ ਕੋਈ ਵੀਡੀਓ ਪ੍ਰੂਫ ਲੋਕਾਂ ਦੇ ਅੱਗੇ ਰੱਖਣ ਲਈ ਹੈਗੇ ਨੇ ਜਾਂ ਕੋਰਟ ਦੇ ਵਿੱਚ ਦੇਖੋ ਪੇਸ਼ ਕਰਨ ਲਈ? ਅਸੀਂ ਅੰਦਰ ਨਹੀਂ ਨਾ ਜਾ ਸਕਦੇ ਫੈਕਟਰੀ ਦੇ ਵਿੱਚ, ਤੇ ਇਸ ਸਟੇਜ ਤੇ ਜੇ ਕੋਈ ਅੰਦਰ ਜਾਂਦਾ ਹੈ ਤਾਂ ਉਹਦੇ ਤੇ ਤਾਂ 452 ਲੱਗ ਜੂਗੀ, ਤਾਂ ਸਰਕਾਰ ਜਾਵੇ। ਹੁਣ ਹਾਈ ਕੋਰਟ ਦਾ ਕਹਿਣਾ ਇਹ ਹੈ ਕਿ ਫੈਕਟਰੀ ਨੂੰ ਚਲਾਣਾ ਹੈ, ਫੈਕਟਰੀ ਬੰਦ ਰਹਿ ਰਹੀ ਹੈ ਤਾਂ ਫੈਕਟਰੀ ਦੇ ਮਾਲਕ ਕਹਿੰਦੇ ਨੇ ਉਹਨਾਂ ਨੂੰ ਨੁਕਸਾਨ ਹੋ ਰਿਹਾ ਔਰ ਉਹ ਨੁਕਸਾਨ ਪੰਜਾਬ ਨੂੰ ਦੇਖੋ ਭਰਨਾ ਜੀ, ਪੈ ਰਿਹਾ 20 ਕਰੋੜ ਰੁਪਇਆ। ਉਹ ਨਾ ਪੁਰਾਣੇ ਜ਼ਮਾਨੇ ਵਿੱਚ ਉਹ ਕਹਿੰਦੇ ਹੁੰਦੇ ਸੀ ਨਾ ਕਿ ਕਾਨੂੰਨ ਦੀ ਅੱਖਾਂ ਤੇ ਪੱਟੀ ਬੰਨੀ ਹੈ, ਤੇ ਉਹਦੇ ਸਾਹਮਣੇ ਜੋ ਤੁਸੀਂ ਰੱਖੋਗੇ ਉਹਨੇ ਉਹਨਾਂ ਵੇਖਣਾ, ਉਹਨੇ ਐਸਾ ਪਾਸਾ ਨਹੀਂ ਵੇਖਣਾ। ਤਾਂ ਹੁਣ ਉਹਨਾਂ ਦੇ ਸਾਹਮਣੇ ਕੋਈ ਕੁਛ ਰੱਖ ਨਹੀਂ ਰਿਹਾ, ਤੇ ਫਿਰ ਕਾਨੂੰਨ ਨੇ ਤਾਂ ਇੰਨਾ ਹੀ ਰਹਿਣਾ ਨਾ ਉਨੀ ਦੇਰ। ਜੇ ਸਰਕਾਰ ਲੋਕਾਂ ਦੀ ਗੱਲ ਰੱਖੂਗੀ ਨਹੀਂ ਉੱਥੇ ਤਾਂ ਕਾਨੂੰਨ ਤਾਂ ਇੰਨਾ ਹੀ ਰਹੂ ਉਨੀ ਦੇਰ। ਵੈਸੇ ਮੈਨੂੰ ਇਹ ਲੱਗਦਾ ਹੈਗਾ ਵੀ ਸੋਸ਼ਲ ਮੀਡੀਆ ਦਾ ਯੁੱਗ ਹੈ, ਇੰਨਾ ਰੌਲਾ ਪਈ ਜਾਂਦਾ, ਕੋਰਟ ਨੂੰ ਖੁਦ ਸੰਗਿਆਨ ਲੈਣਾ ਚਾਹੀਦਾ ਇਸ ਮਸਲੇ ਦਾ। ਤੁਸੀਂ ਮੈਨੂੰ ਆਪ ਦੱਸੋ ਵੀ ਕਿਹਦਾ ਦਿਮਾਗ ਖਰਾਬ ਹੋਇਆ ਵੀ 4 ਮਹੀਨੇ ਉੱਥੇ ਧਰਨੇ ਤੇ ਬੈਠਾ ਰਹੂਗਾ ਆਪਦਾ ਕੰਮ ਕਾਰ ਛੱਡ ਕੇ, ਉਹ ਵੀ ਉਹੋ ਜਿਹੇ ਮੁੱਦੇ ਤੇ ਜਿਹਦੇ ਚ ਉਹਨਾਂ ਨੂੰ ਕੋਈ ਧੇਲੇ ਦਾ ਫਾਇਦਾ ਨਹੀਂ ਹੋ ਰਿਹਾ। ਸਾਰੇ ਲੋਕ ਪਾਗਲ ਆ? ਅੱਛਾ ਤੁਹਾਨੂੰ ਪਤਾ ਵੀ ਧਰਨਾਕਾਰੀਆਂ ਨੇ ਕੀ ਚੈਲੇਂਜ ਦਿੱਤਾ ਹੋਇਆ? ਚੈਲੇਂਜ ਦਿੱਤਾ ਸੀ ਵੀ ਕੋਈ ਵੀ ਬੰਦਾ ਜਿਹੜਾ ਕਹਿੰਦਾ ਵੀ ਇੱਥੇ ਪੋਲਿਊਸ਼ਨ ਹੈ ਨੀ ਗਾ, ਇਨਕਲੂਡਿੰਗ ਦੀਪ ਮਲਹੋਤਰਾ, ਭਗਵੰਤ ਮਾਨ ਤੇ ਹੋਰ ਜਿਹੜੇ ਵੀ ਬੰਦੇ ਕਹਿੰਦੇ ਉਹ ਸਾਰੇ ਆ ਜਾਓ, ਅਸੀਂ ਕੋਠੀ ਦਾ ਇੰਤਜ਼ਾਮ ਕਰਕੇ ਦਿਆਂਗੇ, ਨੌਕਰ ਚਾਕਰ ਰੱਖ ਕੇ ਦਿਆਂਗੇ, ਖਾਣੇ ਦਾ ਇੰਤਜ਼ਾਮ ਕਰਕੇ ਦਿਆਂਗੇ, ਇੱਕੋ ਹੀ ਸ਼ਰਤ ਹੈ ਪਾਣੀ ਆ ਪੀਣਾ ਬੋਰਾਂ ਵਾਲਾ 1 ਮਹੀਨੇ ਵਾਸਤੇ। ਤੇ ਜੇ ਤੁਸੀਂ ਇੱਥੇ ਰਹਿ ਕੇ 1 ਮਹੀਨਾ ਇਹ ਬੋਰਾਂ ਵਾਲਾ ਪਾਣੀ ਪੀ ਲੈਂਦੇ ਹੋ ਬਿਨਾਂ ਆਰ ਓ ਲਾਈ, ਠੀਕ ਹੈ, ਤਾਂ ਅਸੀਂ ਧਰਨਾ ਚੁੱਕਦਾ। ਅਲਟੀਮੇਟਲੀ ਜਿਹੜੀਆਂ ਸਾਇੰਟਿਫਿਕ ਲੈਬਸ ਨੇ ਜਿਨ੍ਹਾਂ ਨੇ ਕਾਗਜ਼ਾਂ ਦੇ ਉੱਤੇ ਲਿਖ ਕੇ ਦੇਣਾ ਹੈ ਕਿ ਇਸ ਡਿਸਟਿਲਰੀ ਦੀ ਵਜ੍ਹਾ ਦੇ ਨਾਲ ਪੋਲਿਊਸ਼ਨ ਫੈਲ ਰਿਹਾ ਹੈ, ਉਹਨਾਂ ਵੱਲੋਂ ਤਾਂ ਉਸ ਫੈਕਟਰੀ ਨੂੰ ਕਲੀਨ ਚਿੱਟ ਮਿਲੀ ਹੋਈ ਹੈ, ਉਹੀ ਕਲੀਨ ਚਿੱਟ ਪੰਜਾਬ ਸਰਕਾਰ ਵੱਲੋਂ ਹਰ ਜਗ੍ਹਾ ਤੇ ਹਾਈ ਕੋਰਟ ਦੇ ਵਿੱਚ ਪੇਸ਼ ਕੀਤੀ ਜਾ ਰਹੀ ਹੈ। ਹੁਣ ਡੈਡਲੌਕ ਬਣ ਚੁੱਕਾ ਹੈ, ਹਾਈ ਕੋਰਟ ਦਾ ਅੱਜ ਵੀ ਅਸੀਂ ਤਾਂ ਕਹਿੰਦੇ ਨੇ ਇਨਕੁਆਇਰੀ ਹੋਵੇ, ਅਸੀਂ ਕਹਿੰਦੇ ਵੀ ਕੋਈ ਸਿਟਿੰਗ ਜੱਜ ਦੀ ਇਨਕੁਆਇਰੀ ਹੋਵੇ, ਉਹ ਵੇਖੇ ਕਿ ਇਹ ਮੰਗਾਂ ਮੁੱਖ ਇਧਰ ਮੰਤਰੀ ਨਹੀਂ ਸਾਹਿਬ ਰੱਖੋ। ਅੱਗੇ ਰੱਖੀਆਂ ਗਈਆਂ ਨੇ, ਦੇਖੋ ਜਾਂ ਤਾਂ ਤੁਸੀਂ ਕਹਿ ਦਿਓ ਵੀ ਇੱਥੇ ਕਰਪਸ਼ਨ ਹੈ ਨਹੀਂ, ਜਾਂ ਤੁਸੀਂ ਕਹਿ ਦਿਓ ਵੀ ਅਫਸਰਸ਼ਾਹੀ ਇੱਥੇ ਗਲਤ ਨਹੀਂ ਕਰਦੀ। ਬਈ ਅੱਜ ਤੱਕ ਕੋਈ ਇਹੋ ਜਿਹਾ ਕੇਸ ਨਹੀਂ ਜਿੱਥੇ ਕਿਸੇ ਅਫਸਰਸ਼ਾਹੀ ਨੇ ਗਲਤ ਰਿਪੋਰਟ ਦਿੱਤੀ ਹੋਵੇ ਜਾਂ ਕੁਛ ਗਲਤ ਕੀਤਾ ਹੋਵੇ।
ਇੱਥੇ ਤਾਂ ਫੀਮੇਲ ਫਿਟੀਸਾਈਡ ਵੀ ਨਹੀਂ ਸੀ ਹੁੰਦਾ ਸਰਕਾਰ ਮੁਤਾਬਕ, ਤੇ ਕੁੜੀਆਂ ਰਹਿ ਗਈਆਂ 799 ਹਜ਼ਾਰ ਮਗਰ। ਅਸੀਂ 1982 ਤੋਂ ਰੌਲਾ ਪਾਉਣਾ ਸ਼ੁਰੂ ਕੀਤਾ ਵੀ ਅਲਟਰਾਸਾਊਂਡ ਦਾ ਮਿਸਯੂਜ਼ ਹੋ ਰਿਹਾ, ਪਰ ਸਰਕਾਰ ਮੁਤਾਬਕ ਇੱਥੇ ਫੀਮੇਲ ਫਿਟੀਸਾਈਡ ਹੁੰਦਾ ਹੀ ਨਹੀਂ ਸੀਗਾ। ਇੱਥੇ ਤਾਂ ਹਰ ਗੱਲ ਜਦੋਂ ਸਿਰੇ ਤੇ ਆ ਜਾਂਦੀ ਹੈ, ਜਦੋਂ ਇੱਕ ਜਨ ਸਾਧਾਰਨ ਨੂੰ ਵੀ ਪਤਾ ਲੱਗ ਜਾਂਦੀ ਹੈ ਉਦੋਂ ਐਕਸ਼ਨ ਹੁੰਦਾ ਹੈ। ਆਖਿਰ ਦੇ ਵਿੱਚ ਆਪਾਂ ਇਹੀ ਗੱਲ ਜੋ ਮੈਂ ਤੁਹਾਡੇ ਤੋਂ ਸਮਝ ਪਾਈ ਆ ਕਿ ਇੱਕ ਤਾਂ ਜਿਹੜੀਆਂ ਇਹ ਸਾਇੰਟਿਫਿਕ ਰਿਪੋਰਟਸ ਨੇ ਡਿਫਰੈਂਟ ਲੈਬਸ ਦੀਆਂ ਇਨਕਲੂਡਿੰਗ ਐਨਜੀਟੀ ਦੀਆਂ, ਇਹਨੂੰ ਵੀ ਤੁਸੀਂ ਚਾਹੁੰਦੇ ਹੋ ਕਿ ਇੱਕ ਕਮਿਸ਼ਨ ਸੈਟਅਪ ਹੋਵੇ ਜਾਂ ਕੋਈ ਇਹਦੀ ਜਾਂਚ ਕੀਤੀ ਜਾਵੇ ਇਹਦੇ ਪਿੱਛੇ। ਬਿਲਕੁਲ ਔਰ ਦੂਸਰੀ ਦੂਸਰੀ ਗੱਲ ਜਿਹੜਾ ਡੈਡਲੌਕ ਖਤਮ ਕਰਨ ਵਾਲੀ ਗੱਲ ਹੈ, ਕਿਉਂਕਿ ਹਾਈ ਕੋਰਟ ਦੇ ਵਿੱਚ ਹੁਣ ਤੁਸੀਂ ਇੱਕ ਮੰਗ ਤੁਹਾਡੀ ਇਹ ਵੀ ਹੈ ਕਿ ਸੀਐਮ ਪੰਜਾਬ, ਪੰਜਾਬ ਦੀ ਸਰਕਾਰ ਇਹਨੂੰ ਡਬਲ ਬੈਂਚ ਤੱਕ ਲੈ ਕੇ ਜਾਵੇ, ਅੱਗੇ ਤੱਕ ਲੈ ਕੇ ਜਾਵੇ, ਔਰ ਇਸੇ ਫੈਸਲੇ ਤੇ ਨਾ ਰੁਕੀ ਰਵੇ। ਇਸ ਤੋਂ ਇਲਾਵਾ ਕੋਈ ਹੋਰ ਗੱਲ ਤੁਸੀਂ ਲੋਕਾਂ ਦੇ ਲਈ ਪਬਲਿਕਲੀ ਕਹਿਣਾ ਚਾਹੁੰਦੇ ਹੋ ਮੈਮ? ਅਸੀਂ ਇਹ ਕਹਿਣਾ ਚਾਹੁੰਦੇ ਹਾਂ ਇਹਨਾਂ ਦਾ ਜਿਹੜਾ ਇਥੇਨੋਲ ਫੈਕਟਰੀ ਇਹਨਾਂ ਨੇ ਬਣਵਾਈ ਹੈ ਉਹ ਲਾਇਸੈਂਸ ਖਤਮ ਹੋਣਾ ਚਾਹੀਦਾ। ਉਹ ਬਹੁਤ ਖਤਰਨਾਕ ਹੈ ਗੱਲ, ਗੈਰ ਕਾਨੂੰਨੀ ਹੈ। ਇੱਥੇ ਕੋਈ ਫੈਕਟਰੀ ਲਾ ਦਿਓ ਤੁਸੀਂ ਇਸ ਜ਼ਮੀਨ ਨੂੰ, ਵੈਸੇ ਤਾਂ ਇਹ ਗੱਲ ਹੈ ਵੀ ਜਿੰਨਾ ਇਹ ਪਹਿਲੇ ਪਹਿਲਾਂ ਤਾਂ ਮਸਲਾ ਇਹੀ ਆਉਂਦਾ ਹੈ ਵੀ ਪੋਲਿਊਸ਼ਨ ਲੱਭਿਆ ਜਾਵੇ। ਜਦੋਂ ਸਹੀ ਰਿਪੋਰਟ ਆ ਜਾਂਦੀ ਹੈ ਤੇ ਜੇ ਉਹਦੇ ਵਿੱਚ ਆ ਜਾਂਦੇ ਉਹ ਤੱਤ ਜਿਹੜੇ ਕਿ ਇਸ ਫੈਕਟਰੀ ਦੇ ਰਾਹੀਂ ਵਿੱਚ ਗਏ ਵੇ ਹੈ, ਤਾਂ ਫੇਰ ਤਾਂ ਉਹ ਹਰਜਾਨਾ ਲੋਕਾਂ ਨੂੰ ਵੀ ਮਿਲਣਾ ਚਾਹੀਦਾ ਜਿੰਨੇ ਲੋਕ ਇੱਥੇ ਰਹਿੰਦੇ, ਤੇ ਉਹ ਫੈਕਟਰੀ ਵਾਲਿਆਂ ਵੱਲੋਂ ਵੀ ਮਿਲਣਾ ਚਾਹੀਦਾ, ਤੇ ਉਸ ਅਫਸਰਸ਼ਾਹੀ ਤੋਂ ਵੀ ਹਰਜਾਨਾ ਲੈਣਾ ਚਾਹੀਦਾ ਜਿਨ੍ਹਾਂ ਨੇ ਇਹ ਸਾਰੀਆਂ NOC ਤੇ ਰਿਪੋਰਟਾਂ ਪੋਲਿਊਸ਼ਨ ਪੋਲਿਊਸ਼ਨ ਦੀਆਂ ਪਾਸ ਕੀਤੀਆਂ। ਹੁਣ ਇਹਨਾਂ ਨੇ ਵੇਖੋ ਇੱਕ ਹੋਟਲ ਦੇ ਵਿੱਚ ਬੈਠ ਕੇ ਤੁਸੀਂ ਮਨਜ਼ੂਰੀ ਲੈ ਲੈਂਦੇ ਹੋ। ਤਿੰਨ ਗੱਲਾਂ ਹੁੰਦੀਆਂ ਨਾ ਜਦੋਂ ਕੋਈ ਫੈਕਟਰੀ ਲੱਗਦੀ, ਉਹਦੇ ਵਿੱਚ ਤਿੰਨ ਕੰਡੀਸ਼ਨਸ ਹੈ ਫੈਕਟਰੀ ਦੀਆਂ। ਇੱਕ ਤਾਂ ਇਹ ਹੈ ਵੀ ਉਹਨਾਂ ਨੇ ਲੋਕਲ ਏਰੀਆ ਨੂੰ ਇਨਵੋਲਵ ਕਰਨਾ, ਤਾਂ ਲੋਕਲ ਏਰੀਆ ਨੂੰ ਜੇ ਤੁਸੀਂ ਇੱਕ ਹੋਟਲ ਵਿੱਚ ਬੈਠ ਕੇ ਇਨਵੋਲਵ ਬਿਠਾ ਦਿੰਦੇ ਹੋ, ਨਾ ਤਾਂ ਕੋਈ ਅਨਾਊਂਸਮੈਂਟ ਹੁੰਦੀ ਹੈ ਨਾ ਕੋਈ ਨੰਬਰਦਾਰ ਹੈ ਜਿਹਨੇ ਇਹ ਪਤਾ ਕੀਤਾ ਹੋਵੇ ਵੀ ਇਹ ਲੋਕ ਹੈ ਜਿਹੜੇ ਇਸ ਇਲਾਕੇ ਦੇ ਹੀ ਹੈ, ਕਿ ਲੋਕ ਤਾਂ ਕਿਤੋਂ ਵੀ ਲੈ ਕੇ ਇਕੱਠੇ ਕੀਤੇ ਜਾ ਸਕਦੇ। ਅੱਜ ਮੈਂ ਸਾਡੇ ਇੱਥੇ ਹੋਇਆ ਸੀਗਾ ਜਦੋਂ ਇਹ ਆਮ ਆਦਮੀ ਪਾਰਟੀ ਦੇ ਕੌਨਸਟੀਟਿਊਸ਼ਨ ਚ ਲਿਖਿਆ ਸੀਗਾ ਵੀ ਜਿਹੜੇ ਡੈਲੀਗੇਟ ਹੈਗੇ ਆ ਮਤਲਬ ਉਹ ਵੋਟਾਂ ਪਾ ਕੇ ਆਪਦਾ ਬੰਦਾ ਚੁਗਣਗੇ ਵੀ ਅਸੀਂ ਕਿਹਨੂੰ ਟਿਕਟ ਦੇਣੀ ਹੈ। ਤੇ ਜਦੋਂ ਮੀਟਿੰਗ ਸੱਦੀ ਤੇ ਜਿਹੜੇ ਮੁੱਢਲੇ ਮੈਂਬਰ ਸੀ ਉਹਨਾਂ ਨੂੰ ਸੂਚਨਾ ਹੀ ਨਹੀਂ ਦਿੱਤੀ, ਥੋੜੇ ਜਿਹੇ ਬੰਦਿਆਂ ਨੂੰ ਸੂਚਨਾ ਦੇ ਦਿੱਤੀ। ਉਹ ਜਿਹੜੇ ਉੱਤੇ ਉੱਤੇ ਜੇ ਪੈਸੇ ਪੂਸੇ ਦੇਣ ਵਾਲੇ ਸੀ ਉਹਨਾਂ ਨੂੰ ਸੂਚਨਾ ਮਿਲ ਗਈ, ਉਹਨੂੰ ਸੂਚਨਾ ਮਿਲ ਗਈ ਤੇ ਸਾਨੂੰ ਮੌਕੇ ਤੇ ਪਤਾ ਲੱਗਿਆ ਵਰਕਰਾਂ ਕੋਲੋਂ, ਤੇ ਮੈਂ ਫੋਨ ਕੀਤਾ ਵੀ ਭਾਈ ਸਾਨੂੰ ਤਾਂ ਸੂਚਨਾ ਹੀ ਨਹੀਂ ਮਿਲੀ, ਤੇ ਕਹਿੰਦੇ ਵੀ ਹੁਣ ਤਾਂ ਜੀ ਫਾਈਨਲ ਹੋ ਗਿਆ। ਮੈਂ ਕਿਹਾ ਵੀ ਇਹ ਕੀ ਗੱਲ ਹੋਈ, ਮੈਂ ਤਾਂ ਸਾਰਿਆਂ ਤੋਂ ਪਹਿਲੀ ਮੈਂਬਰ ਹਾਂ ਫਰੀਦਕੋਟ ਦੀ ਆਮ ਆਦਮੀ ਪਾਰਟੀ ਦੀ, ਤੇ ਤੁਸੀਂ ਇਹ ਕੀ ਕੀਤਾ? ਤੇ ਮੈਨੂੰ ਕਹਿੰਦੇ ਕੋਈ ਇੰਡੈਕਸ ਤੁਸੀਂ ਆ ਜਾਓ। ਮੈਂ ਕਿਹਾ ਮੈਂ ਇਕੱਲੀ ਨੇ ਨਹੀਂ ਆਉਣਾ, ਸਾਰੇ ਮੈਂਬਰ ਮੇਰੇ ਨਾਲ ਆਉਣਗੇ। ਕਹਿੰਦੇ ਸਾਰੇ ਤਾਂ ਨਹੀਂ ਆ ਸਕਦੇ, ਮੈਂ ਫਿਰ ਵੀ ਨਹੀਂ ਆਉਂਦੀ, ਮੈਂ ਫਿਰ ਆਊਂਗੀ ਵਰਕਰਾਂ ਨੂੰ ਲੈ ਕੇ, ਮੈਂ ਗੇਟ ਤੇ ਰਹੂੰਗੀ, ਮੈਂ ਅੰਦਰ ਨਹੀਂ ਆਉਣਾ। ਫਿਰ ਕਹਿੰਦੇ ਚੰਗਾ ਲਿਓ ਹੈ। ਤੇ ਜਦੋਂ ਅੰਦਰ ਗਏ ਤੇ ਉੱਥੇ ਜਾ ਕੇ ਜਿਹੜੇ ਖਿਡਾਰੀ ਸੀ ਮੁੰਡੇ ਮਤਲਬ ਜਿਹੜੇ ਖੇਡਾਂ ਕਰਾਉਣ ਵਾਲੇ ਸੀ ਉਹਨਾਂ ਦੇ ਜਿਹੜੇ ਨਵੇਂ ਜਿਹੇ ਮੁੰਡੇ ਸੀ ਉਹ ਬੈਠੇ ਸੀ, ਫਿਰ ਬਸਤੀ ਦੀਆਂ ਕੁਛ ਔਰਤਾਂ ਬੈਠੀਆਂ ਸੀ, ਤੇ ਉਹ ਜਵਾਨ ਜਿਹਨਾਂ ਨੂੰ ਕੁਛ ਨੀ ਪਤਾ। ਤੇ ਉਹਨਾਂ ਮੁੰਡਿਆਂ ਨੂੰ ਮੈਂ ਪੁੱਛਿਆ ਵੀ ਸਤ ਕਿਵੇਂ ਜਦੋਂ ਗੱਲਬਾਤ ਕੀਤੀ, ਕਹਿੰਦੇ ਮੈਡਮ ਇਹ ਗੱਲਾਂ ਦਾ ਤਾਂ ਸਾਨੂੰ ਪਤਾ ਨੀ, ਅਸੀਂ ਤਾਂ ਅੱਜ ਪਹਿਲੀ ਵਾਰੀ ਆਏ ਹਾਂ। ਤੇ ਜੇ ਉਹਨਾਂ ਬੰਦਿਆਂ ਤੋਂ ਵੋਟ ਬਣਾ ਕੇ ਤੁਸੀਂ ਕੈਂਡੀਡੇਟ ਚੁਣੋਗੇ ਹੈ, ਜਿਵੇਂ ਉੱਥੇ ਹੋਇਆ ਸੀ ਉਵੇਂ ਇੱਥੇ ਵੀ ਉਹ ਹੋਟਲ ਵਿੱਚ ਬਿਠਾਓ, ਕੁਛ ਆਪਦੇ ਬੰਦੇ ਬੁਲਾਓ, ਉਹਨਾਂ ਤੋਂ ਮਨਜ਼ੂਰੀ ਲੈ ਕੇ NOC ਪਾਸ ਕਰਾ ਲਓ। ਜਿਹੜੀ ਅਫਸਰਸ਼ਾਹੀ ਇਹੋ ਜਿਹੇ NOC ਪਾਸ ਕਰਦੀ ਹੈ ਉਹਦੇ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ। ਜਿਹੜੇ ਪੋਲਿਊਸ਼ਨ ਬੋਰਡ ਵਾਲੇ ਪੋਲਿਊਸ਼ਨ ਵੇਖ ਕੇ ਵੀ ਅੱਖਾਂ ਮੀਚਦੇ ਆ ਤੇ ਉਹਨੂੰ ਲਿਮਿਟਸ ਵਿੱਚ ਰਿਪੋਰਟ ਦੇ ਦਿੰਦੇ, ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ। ਇੱਥੇ ਉਹ ਪੰਜਾਬੀ ਦੀ ਇੱਕ ਕਹਾਵਤ ਹੈ, ਇੱਕ ਨੂੰ ਕੀ ਰੋਣੀ ਹੈ ਊਤ ਗਿਆ ਆਵਾ। ਮੈਂ ਉਹੀ ਗੱਲ ਕਹਿਣ ਲੱਗੀ ਸੀ ਕਿ ਇਕੱਲੀ ਆਮ ਆਦਮੀ ਪਾਰਟੀ ਕੀ, ਜਿਹੜੀਆਂ ਪੁਰਾਣੀਆਂ ਸਰਕਾਰਾਂ ਸੀਗੀਆਂ ਉਹਨਾਂ ਦਾ ਵੀ ਇੱਕ ਕਸੂਰ ਹੈਗਾ ਵਿੱਚ, ਬਹੁਤ ਵੱਡਾ ਕਸੂਰ ਨੇ, ਕਿਉਂਕਿ ਇੱਕ ਡਿਸਟਿਲਰੀ ਨਹੀਂ ਆ, ਬਹੁਤ ਇਹ ਫੈਕਟਰੀਜ਼ ਨੇ। ਸਾਰਾ ਕੁਝ ਹੋਇਆ ਤਾਂ ਪੁਰਾਣੀਆਂ ਸਰਕਾਰਾਂ ਦੇ ਵੇਲੇ ਹੈ। 2006 ਤੋਂ ਕੀ ਫੈਕਟਰੀ ਤੁਸੀਂ ਬਣੀ, ਉਦੋਂ ਤਾਂ ਆਮ ਆਦਮੀ ਪਾਰਟੀ ਹੈ ਨਹੀਂ ਸੀ, ਪਰ ਸਾਨੂੰ ਆਮ ਆਦਮੀ ਪਾਰਟੀ ਦਾ ਇਹ ਗਿਲਾ ਵੀ ਉਹਨਾਂ ਨੇ ਇਹ ਕਿਹਾ ਜੀ ਅਸੀਂ ਇਨਕਲਾਬੀ ਹਾਂ, ਅਸੀਂ ਤਬਦੀਲੀ ਲਿਆਵਾਂਗੇ। ਕੀ ਤੇ ਤੁਸੀਂ ਜਦੋਂ ਹੁਣ ਉਹਨਾਂ ਵੀ ਨੇ ਆਮ ਆਦਮੀ ਆਜ਼ਾਦ ਪਾਰਟੀ ਨਾਲ ਕੀਤੀ ਜੁੜੇ ਸੀ, ਹੋਏ ਹੋ? ਮੈਂ ਫਾਊਂਡਰ ਮੈਂਬਰ ਰਹੀ ਹਾਂ ਪਹਿਲਾਂ, ਅਸੀਂ ਤਾਂ ਇਹਨਾਂ ਦਾ ਨੱਕ ਬਚਾਇਆ,
चार एमपी दे के साधु सिंह जिताया सी इत्थे फरीदकोट विच, जो पूरे इंडिया विच हार गए सी, जमानता जब्त हो गई सी, ते जेड़े जिन्हां ने पहला काम किया उन्होंने इन्होंने गूंजे पासे करता, ते गली सुनने हट गए। जेड़ी गलते आए सी स्वराज की किताब दी सी भी ग्राम सभा का एक्ट लागू करांगे, वह भुल गए। रैलियां करो रैलियां करो, जो मैं क्या भी तुसी ग्राम सभा बारे काम नहीं करते, तो दुर्गेश मैनू कहिंदा है कि तुसी मैडम एमएलए नहीं बनना है। मैं कहिंदा तुहाडी की शर्त है एमएलए बनने वास्ते, कहिंदा 13 बसां लियाओ पहली विच। मैं कहा मैं तो एक भी नहीं लियानी, तू मैनू एमएलए बना भावे ना बना, तू गल कर मेरे नाल भी ग्राम सभा क्यों नहीं लागू करते। केजरीवाल इत्थे आया उत्तों टाइम लैके उहदे नाल गल की, उन्हें दरगेश पाठक वाल रैफर करता। मैं जी इन्हों तो मैं ऑलरेडी गल कर चुकी है, नहीं कोई नहीं दोबारा करेंगे गल। क्यों? भगवंत क्योंकि मान उन्होंने जी, समझ आ गई सी भी जे मैं प्रधानमंत्री बनना है तो प्रधानमंत्री बनने वास्ते विकेंद्रीकरण नीति जिहड़ी असीं शुरू विच लैके आए उन्हें कम नहीं करना। उन्हें तो पंजाब च कम कर लूगी, एक दो दक्षणी सूबे च कम कर लूगी, केरला च कम कर लूगी, ते जिहड़ी पार्लीमेंट है ਉਹ ਤਾਂ ਸੈਂਟਰਲ ਇੰਡੀਆ ਨੇ ਬਣਾਉਣੀ ਹੈ, ਤੇ ਸੈਂਟਰਲ ਇੰਡੀਆ ਨੇ ਜੇ ਬਣਾਉਣੀ ਹੈ ਤਾਂ ਫਿਰ ਕੇਂਦਰੀਕਰਨ ਨੀਤੀ ਚਾਹੀਦੀ ਹੈ। ਜੇ ਕੇਂਦਰੀਕਰਨ ਨੀਤੀ ਚਾਹੀਦੀ ਹੈ ਤਾਂ ਪੰਜਾਬ ਤਾਂ ਫਿਰ ਬਸਤੀ ਬਣਾ ਛੱਡਿਆ ਇਹਨਾਂ ਨੇ, ਸਾਨੂੰ ਬਸਤੀ ਆ ਅਸੀਂ ਤਾਂ ਲੁੱਟੀ ਜਾਓ, ਉਹ ਸਾਰੀਆਂ ਇੰਡਸਟਰੀਆਂ ਲਿਆਓ ਜਿਹੜੀਆਂ ਪਾਣੀ ਛੋਕ ਲੈਣ ਇੱਥੋਂ, ਕੰਕਰੀਟ ਵਿਛਾ ਦਿਓ ਨਹਿਰਾਂ ਦੇ ਥੱਲੇ ਵੀ ਜਿਹੜਾ ਰਾਜਸਥਾਨ ਨੂੰ ਪਾਣੀ ਜਾਂਦਾ। ਪਹਿਲੀ ਗੱਲ ਤਾਂ ਰਾਜਸਥਾਨ ਨੂੰ ਪਾਣੀ ਫ੍ਰੀ ਜਾਈ ਜਾਂਦਾ, ਸਾਨੂੰ ਪੈਸੇ ਨਹੀਂ ਦਿੰਦੇ ਪਏ, ਨਾ ਕੋਈ ਸਰਕਾਰ ਬਿੱਲ ਭੇਜਦੀ ਹੈ। ਉਸ ਤੋਂ ਅਗਲੀ ਗੱਲ ਇਹ ਵੀ ਰਾਜਸਥਾਨ ਸਰਕਾਰ ਉਸ ਪਾਣੀ ਵਿੱਚ ਪਾਈਪਾਂ ਪਾ ਕੇ ਉਹ ਇੰਡਸਟਰੀਲਿਸਟ ਨੂੰ ਦਿੰਦੀ ਪਈ ਹੈ ਤੇ ਉਹ ਇੰਡਸਟਰੀਲਿਸਟ ਤੋਂ ਪੈਸੇ ਲੈ ਰਹੀ ਹੈ। ਰਾਜਸਥਾਨ ਸਰਕਾਰ ਇੰਡਸਟਰੀਲਿਸਟ ਤੋਂ ਉਸ ਪਾਣੀ ਦੇ ਪੈਸੇ ਲੈ ਰਹੀ ਹੈ, ਪਰ ਸਾਨੂੰ ਪੰਜਾਬ ਨੂੰ ਧੇਲਾ ਨਹੀਂ ਮਿਲਦਾ। ਤੇ ਹੁਣ ਜਿਹੜਾ ਕੋਈ ਨਹਿਰਾਂ ਲੰਘਦੀਆਂ ਤੇ ਇੰਨਾ ਕੁ ਸਾਨੂੰ ਫਾਇਦਾ ਸੀ ਵੀ ਚੱਲ ਜਿੱਥੋਂ ਜਿੱਥੋਂ ਦੀ ਲੰਘਦੀਆਂ ਉੱਥੋਂ ਦਾ ਵਾਤਾਵਰਨ ਠੀਕ ਹੋ ਜਾਂਦਾ, ਉਹ ਵੀ ਖਤਮ ਕਰ ਦਿਓ। ਉਹਦੇ ਵਿੱਚ ਵੀ ਕੰਕਰੀਟ ਵਿਛਾ ਦਿਓ, ਪੋਲੀਥੀਨ ਪਾ ਦਿਓ ਤਾਂ ਕਿ ਇੱਕ ਟਿਪ ਪਾਣੀ ਧਰਤੀ ਵਿੱਚ ਨਾ ਜਾਵੇ। ਜੇ ਦਿੱਲੀ ਦੀ ਸਰਕਾਰ, ਜਿਵੇਂ ਤੁਸੀਂ ਕਹਿੰਦੇ ਹੋ ਕਿ ਦਿੱਲੀ ਤੋਂ ਹੁਕਮ ਆ ਰਹੇ ਨੇ ਤੇ ਉਹਦੇ ਤੋਂ ਪੰਜਾਬ ਸਰਕਾਰ ਚੱਲ ਰਹੀ ਹੈ, ਅਗਰ ਤੁਹਾਨੂੰ ਲੱਗਦਾ ਹੈ ਕਿ ਦਿੱਲੀ ਦੀ ਸਰਕਾਰ ਬਹੁਤ ਸਾਰਾ ਜ਼ੋਰ ਲਾ ਵੀ ਲਵੇ ਤਾਂ ਇਹ ਧਰਨੇ ਨੂੰ ਖਤਮ ਕਰਾ ਸਕਦੀ ਹੈ? ਨਹੀਂ, ਧਰਨਾ ਨਹੀਂ ਹੁਣ ਖਤਮ ਹੁੰਦਾ, ਸਗੋਂ ਇਹਨਾਂ ਨੇ ਜਿਹੜਾ ਆਹ ਛਿੰਝ ਛੇੜੀ ਹੈ ਨਾ ਉਹਦੇ ਨਾਲ ਧਰਨਾ ਤਾਂ ਵਧੂਗਾ। ਤੇ ਕੀ ਨੁਕਸਾਨ ਹੋ ਸਕਦਾ ਇਹਦੇ ਨਾਲ ਪੰਜਾਬ ਨੂੰ, ਪੰਜਾਬ ਦੇਖੋ ਸਰਕਾਰ ਜੀ, ਨੂੰ? ਨੁਕਸਾਨ ਤਾਂ ਪਹਿਲਾਂ ਵੀ ਹੋਈ ਜਾਂਦਾ, ਸਾਡੀਆਂ ਜ਼ਿੰਦਗੀਆਂ ਨਾਲ ਖਿਲਵਾੜ ਹੋਈ ਜਾਂਦਾ, ਤਾਂ ਹੁਣ ਤਾਂ ਉਹ ਸਟੇਜ ਆ ਗਈ ਹੈ ਵੀ ਕਰੋ ਜਾਂ ਮਰੋ। ਵੀ ਸਭ ਤੋਂ ਪਹਿਲਾਂ ਅਮਰਜੀਤ ਸਿੰਘ ਸਰਪੰਚ ਸੀ ਜਿਨ੍ਹਾਂ ਨੇ 2006 ਦੇ ਵਿੱਚ ਡੀਸੀ ਨੂੰ ਲੈਟਰ ਲਿਖੀ ਸੀ ਤੇ ਪੋਲਿਊਸ਼ਨ ਬੋਰਡ ਨੂੰ ਲਿਖੀ ਸੀ ਵੀ ਇਹ ਫੈਕਟਰੀ ਪੋਲਿਊਸ਼ਨ ਫੈਲਾ ਰਹੀ ਹੈ। ਤੇ ਠੀਕ ਹੈ, ਉਸ ਤੋਂ ਬਾਅਦ 20-22 ਪੰਚਾਇਤਾਂ ਨੇ ਸਾਂਝਾ ਮਤਾ ਪਾਇਆ ਸੀ, ਇਹ ਵੀ 2006 ਦੀ ਗੱਲ ਹੈ। ਤੇ ਉਹਨਾਂ ਨੂੰ ਪੁੱਛੋ ਵੀ ਉਹਨਾਂ ਤੇ ਕੀ ਐਕਸ਼ਨ ਹੋਇਆ, ਉਹ ਪੁਰਾਣਾ ਹੀ ਪੁੱਛ ਲਓ, ਚਲੋ ਇਹ ਤਾਂ ਹੁਣ ਦੀ ਗੱਲ ਹੈ ਨਾ। ਤੇ ਜਿਹੜੇ ਹੁਣ ਵੀ ਮਤਲਬ ਭਗਤ ਹੈਗੇ ਆ ਆਮ ਆਦਮੀ ਪਾਰਟੀ ਦੇ, ਉਹ ਕਹਿੰਦੇ ਆ ਵੀ ਜੇ ਇਹ ਫੈਕਟਰੀ ਤਾਂ ਪਹਿਲਾਂ ਦੀ ਬਣੀ ਹੋਈ ਹੈ ਤਾਂ ਠੀਕ ਹੈ ਪਹਿਲਾਂ ਦੀ ਬਣੀ ਹੋਈ ਹੈ, ਪਰ ਜੇ ਪਹਿਲਾਂ ਦੀ ਬਣੀ ਹੋਈ ਹੈ ਤੇ ਪਹਿਲਾਂ ਗਲਤ ਫੈਸਲੇ ਹੋਏ ਆ ਤੇ ਉਹਨਾਂ ਨੂੰ ਤੁਸੀਂ ਉਲਟਾਓਗੇ ਨੀ? ਜੇ ਪਹਿਲਾਂ ਗੈਰ ਕਾਨੂੰਨੀ ਤਰੀਕੇ ਨਾਲ ਇਥੇਨੋਲ ਦੀ ਫੈਕਟਰੀ ਨੂੰ ਬੱਸੋਂ ਵਾਲੇ ਇਲਾਕੇ ਦੇ ਵਿੱਚ NOC ਦੇ ਦਿੱਤਾ ਗਿਆ ਤਾਂ ਕੀ ਤੁਸੀਂ ਉਹਨੂੰ ਉਲਟਾਓਗੇ ਨੀ? ਜੇ ਨਹੀਂ ਉਲਟਾਉਣਾ ਤਾਂ ਫਿਰ ਤੁਸੀਂ ਇਨਕਲਾਬੀ ਕਾਹਦੇ ਹੋ, ਤਬਦੀਲੀ ਦਾ ਦਾਅਵਾ ਕਿਵੇਂ ਕਰਦੇ ਹੋ? ਤਬਦੀਲੀ ਕਰਕੇ ਤਾਂ ਵਿਖਾਓ ਨਾ, ਉਹ ਸਾਰੀ ਅਫਸਰਸ਼ਾਹੀ ਨੂੰ ਦੀ ਜਵਾਬਦੇਹੀ ਮੰਗੋ ਜਿਨ੍ਹਾਂ ਨੇ ਗੜਬੜੀਆਂ ਕੀਤੀਆਂ। ਚਲੋ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਜੀ ਮੈਮ, ਥੈਂਕ ਯੂ ਸੋ ਮਚ।